ਸਤਿ ਸ਼੍ਰੀ ਅਕਾਲ ਜੀ, ਮੈਂ ਅੰਮ੍ਰਿਤਪਾਲ ਸਿੰਘ, ਮੈਂ ਤੁਹਾਡਾ ਸਵਾਗਤ ਕਰਦਾ ਹਾਂ ਸਾਡੇ ਚੈਨਲ 10X ਪੰਜਾਬੀ 'ਤੇ। ਅਤੇ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੋਂ ਮਾਫ਼ੀ ਮੰਗਦੇ ਹਾਂ ਵੀ ਅਸੀਂ ਪੌਡਕਾਸਟ ਦੇ ਥੋੜ੍ਹਾ ਜਿਹਾ ਛੱਡਣ 'ਚ ਲੇਟ ਹੋ ਗਏ। ਅਤੇ ਉਹਦਾ ਰੀਜ਼ਨ ਇਹ ਸੀਗਾ ਵੀ ਅਸੀਂ ਸਾਰੇ ਹੀ ਮੁੰਡੇ ਜਿਹੜੇ ਸਾਡੇ ਨਾਲ ਦੇ ਸਾਡੇ ਫਰੈਂਡ ਨੇ, ਜਿੰਨੀ ਕਿ ਸਾਡੀ ਟੀਮ ਹੈ, ਉਹ ਸਾਰੀ ਅਸੀਂ ਪੰਜਾਬ ਆਏ ਹੋਏ ਸੀ। ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਰਿਵਰਸ ਮਾਈਗ੍ਰੇਸ਼ਨ 'ਤੇ ਪੌਡਕਾਸਟ ਕਰ ਰਹੇ ਹਾਂ। ਅਤੇ ਸਾਡਾ ਆਉਣ ਦਾ ਮੇਨ ਮਕਸਦ ਵੀ ਇਹ ਵੀ ਸੀਗਾ ਵੀ ਹੁਣ ਕਿਉਂਕਿ ਅਸੀਂ ਸੋਚ ਰਹੇ ਹਾਂ ਮਾਈਗ੍ਰੇਟ ਹੋਣ ਦਾ ਪੱਕੇ ਤੌਰ 'ਤੇ ਪੰਜਾਬ 'ਚ, ਅਤੇ ਅਸੀਂ ਨਵੇਂ ਨਵੇਂ ਕੰਮ ਜੋ ਵੀ ਸਾਨੂੰ ਬਿਜ਼ਨਸ ਆਈਡੀਆਜ਼ ਆਉਂਦੇ ਆ ਅਸੀਂ ਉਹਨਾਂ ਨੂੰ ਐਕਸਪਲੋਰ ਕਰ ਰਹੇ ਹਾਂ ਅਤੇ ਸਿੱਖ ਰਹੇ ਹਾਂ ਵੀ ਕਿਹੜੀਆਂ ਚੀਜ਼ਾਂ ਨੂੰ ਕਿਵੇਂ ਇੰਪਲੀਮੈਂਟ ਕੀਤਾ ਜਾਵੇ। ਅਤੇ ਉਹਦੇ ਨਾਲ ਜੁੜਦੀ ਗੱਲ ਇਹ ਹੈ ਵੀ ਜਿਵੇਂ ਆਪਾਂ ਸੋਚ ਰਹੇ ਹਾਂ ਵੀ ਸਾਰੇ ਇੱਥੋਂ ਜਾ ਰਹੇ ਨੇ, ਤਾਂ ਉਹਦੇ ਆਪਾਂ ਜਿਹੜੇ ਅੱਜ ਆਪਾਂ ਮੁੰਡੇ ਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਨ ਜਾ ਰਹੇ ਹਾਂ। ਅਤੇ ਬਾਈ ਦਾ ਸਾਰੀ ਉਮਰ ਹੀ 24 ਸਾਲ ਦੀ ਆ, ਅਤੇ ਬਾਈ ਨੇ ਇਹ ਨਹੀਂ ਸੋਚਿਆ 10ਵੀਂ ਜਾਂ 12ਵੀਂ ਤੋਂ ਬਾਅਦ ਵੀ ਮੈਂ ਪੰਜਾਬ ਛੱਡ ਕੇ ਜਿਵੇਂ ਕਿ ਬਾਕੀ ਸਾਰੇ ਅੱਜ ਚੱਲ ਰਹੇ ਆ ਵੀ ਬਾਹਰੋਂ ਜਾ ਰਹੇ ਨੇ, ਬਾਈ ਨੇ ਇੱਥੇ ਆਪਦਾ ਅਸਟੈਬਲਿਸ਼ਮੈਂਟ ਕੀਤੀ, ਆਪਦਾ ਬਿਜ਼ਨਸ ਚਲਾਇਆ, ਆਪਦੇ ਸ਼ੌਂਕ ਪੂਰੇ, ਉਹ ਸਾਰੀਆਂ ਗੱਲਾਂ ਅਤੇ ਕਿਵੇਂ ਕਿਵੇਂ ਠੀਕ ਹੈ ਉਹਨਾਂ ਨੂੰ ਫੇਸ ਵੀ ਕਰਨੀਆਂ ਪਈਆਂ, ਬਹੁਤ ਚੀਜ਼ਾਂ ਪ੍ਰੋਬਲਮਾਂ ਆਉਂਦੀਆਂ ਨੇ, ਪਰ ਬਾਈ ਆਪਦੇ ਕੰਮ 'ਚ ਲੱਗਿਆ ਰਿਹਾ, ਆਪਦੇ ਰਾਹ 'ਤੇ ਜੁੜਿਆ ਰਿਹਾ ਅਤੇ ਬਹੁਤ ਕੁਛ ਅਜੀਬ ਕੀਤਾ ਵੀ ਇੰਨੀ ਛੋਟੀ ਉਮਰ 'ਚ ਇਹ ਚੀਜ਼ਾਂ ਨੂੰ ਪਾਉਣਾ ਅਤੇ ਨਾਲ ਆਪਦੇ ਸ਼ੌਂਕ ਵੀ ਪੂਰਨੇ ਵੀ ਬਹੁਤ ਵਧੀਆ ਗੱਲ ਆ। ਅਤੇ ਉਹ ਸਾਰੀਆਂ ਚੀਜ਼ਾਂ ਆਪਾਂ ਬਾਈ ਤੋਂ ਜਾਣਾਂਗੇ ਵੀ ਕਿਵੇਂ ਕਿਵੇਂ ਬਾਈ ਨੇ ਆਪਦਾ ਸਫ਼ਰ ਉਹ ਕੀਤਾ। ਸਵਾਗਤ ਹੈ ਬਾਈ ਜੀ। ਬਾਈ ਦਾ ਨਾਮ ਗੁਰੀ ਅਤੇ ਪਿੰਡ ਬੱਸੀਆਂ। ਹਾਂਜੀ ਬਾਈ, ਹੋਰ ਬਾਈ ਕਿਵੇਂ? ਠੀਕ ਹੋ? ਵਧੀਆ ਜੀ, ਵਧੀਆ, ਚੜ੍ਹਦੀ ਕਲਾ ਚ। ਬਾਈ ਮੇਰਾ ਨਾਮ ਤੁਸੀਂ ਦੱਸ ਦਿੱਤਾ, ਪਿੰਡ ਮੇਰਾ ਬੱਸੀਆਂ, ਇਹ ਡਿਸਟ੍ਰਿਕਟ ਲੁਧਿਆਣਾ ਚ ਪੈਂਦਾ। ਠੀਕ ਹੈ ਜੀ। ਬਸ ਬਾਈ, ਮੈਨੂੰ ਪਰਮਾਤਮਾ ਲੈ ਆਇਆ, ਸਭ ਤੋਂ ਪਹਿਲਾਂ ਤਾਂ ਇਹੀ ਕਹੂੰਗਾ ਬਈ ਸੋਚਣ ਸੋਚ ਦੇਣ ਵਾਲਾ ਵੀ ਪਰਮਾਤਮਾ ਹੀ ਆ, ਹਨਾ, ਪਰ ਇਸ ਤੱਕ ਲਿਆਉਣ ਵਾਲਾ ਅਕਾਲ ਪੁਰਖ ਹੀ ਆ। ਹਾਂਜੀ। ਤੇ ਬਾਕੀ ਚਲੋ ਦੁਨੀਆਂ ਦੇ ਲੋਕਾਂ ਨੂੰ ਜੇ ਬੁਲਾਉਂਦਾ ਤੇ ਪਰਮਾਤਮਾ ਹੀ ਬੁਲਾਉਂਦਾ। ਹਾਂਜੀ। ਤੇ ਬਾਈ ਤੁਸੀਂ ਜਿਵੇਂ ਮੰਨ ਲਓ ਵੀ ਤੁਸੀਂ ਜਿਵੇਂ ਮੰਨ ਲਓ 10ਵੀਂ 12ਵੀਂ ਕਿੰਨਵੀਂ ਚ ਕੀਤੀ ਹੋਣੀ ਆ, ਵੀ ਕਿਹੜੇ ਸਾਲ ਚ ਕੀਤੀ? ਮੈਂ ਬਾਈ 16-17 ਚ ਕੀਤੀ ਸੀ। ਵੀ ਉਦੋਂ ਨੂੰ ਤਾਂ ਟ੍ਰੈਂਡ ਪੂਰਾ ਚੱਲ ਪਿਆ ਸੀਗਾ ਵੀ ਲੋਕਾਂ ਨੂੰ ਹੁੰਦਾ ਸੀ ਵੀ ਹਾਂ ਮੇਰੇ ਨਾਲ ਦੇ ਸਾਰੇ ਲਗਭਗ ਬਾਹਰ ਹੀ ਆ ਗਏ। ਠੀਕ ਹੈ। ਹਾਂਜੀ। ਫਿਰ ਤੁਸੀਂ ਕਿਵੇਂ ਆਪਦਾ ਰਾਹ ਬਣਾਇਆ ਵੀ? ਫਸਟ ਆਫ ਆਲ ਵੀ ਤੁਸੀਂ ਆਪਦੇ ਬਿਜ਼ਨਸ ਬਾਰੇ ਦੱਸੋ, ਚਲੋ ਆਪਾਂ ਤੁਹਾਡੇ ਸ਼ੌਂਕਾਂ ਦੇ ਬਾਅਦ ਚ ਆਉਂਦੇ ਹਾਂ। ਬਈ ਮੈਂ ਨਾ ਪਹਿਲਾਂ ਲਿਖਦਾ ਹੁੰਦਾ ਸੀ, ਅਸਲ ਸੌਂਗ ਲਿਖਦਾ ਹੁੰਦਾ ਸੀ। ਠੀਕ ਹੈ। ਮੇਰਾ ਇੱਕ ਗਾਣਾ ਜਿਹਾ ਚੱਲ ਗਿਆ ਤੇ ਇੰਟਰਸਟ, ਮੈਂ ਸੌਂਗ ਹੀ ਤਾਂ ਲਿਖਦਾ ਹੁੰਦਾ ਸੀ ਉਦੋਂ ਹੁੰਦਾ ਸੀ ਆਪਾਂ ਨੂੰ ਵੀ ਜਿਹੜੇ ਗਾਣੇ ਗਾਉਣ ਵਾਲੇ ਨਾ ਪੈਸੇ ਵਾਹ ਬਣਾਉਂਦੇ ਆ, ਇੰਟਰਸਟ ਮਤਲਬ ਪਹਿਲਾਂ ਤਾਂ ਪੈਸੇ 'ਚ ਹੀ ਰਿਹਾ ਬਈ ਪੈਸਾ ਕਮਾਉਣਾ ਰਾਹ। ਠੀਕ ਹੈ ਵੀ ਜਿਵੇਂ ਵੀ ਹੋਵੇ, ਤੇ ਗਾਣਾ ਚੱਲਣ ਤੋਂ ਬਾਅਦ ਬਈ ਮੈਨੂੰ, ਮੈਂ ਚਲਾ ਗਿਆ ਮੋਹਾਲੀ। ਮੋਹਾਲੀ ਮੈਂ ਜਿਹੜੇ ਜਿਹੜੇ ਬੰਦੇ ਲੈ ਗਏ ਆਪਾਂ ਉਹਨਾਂ ਦਾ ਨਾਮ ਵੀ ਲਵਾਂਗੇ, ਜਿਹੜੇ ਜਿਹੜੇ ਬੰਦਿਆਂ ਨੇ ਮੇਰੀ ਹੈਲਪ ਕੀਤੀ ਆ ਜਦੋਂ ਤੁਸੀਂ ਪਹਿਲਾਂ ਗਾਣਾ। ਹਾਂ ਬਈ, ਹਾਂ ਮੈਂ ਘਰੇ ਬੈਠੇ ਮੈਨੂੰ ਫੇਸਬੁੱਕ ਤੇ ਮਿਲਿਆ ਸੀ ਬਾਈ ਛੱਲਾ ਕੰਬੋਜ ਦਾ ਨਾਮ, ਮੇਰਾ ਪਹਿਲਾ ਗਾਣਾ ਹੀ ਬਾਈ ਨੇ ਗਾਇਆ ਸੀ ਜਿਹੜਾ ਚੱਲ ਰਿਹਾ ਸੀ। ਠੀਕ ਹੈ ਜੀ। ਤੇ ਉਹਦੇ ਜ਼ਰੀਏ ਮੈਂ ਮਿਲਿਆ ਰਵੀ, ਤੇ ਰਵੀ ਨੇ ਮੈਨੂੰ ਫਿਰ ਜਿੰਦੂ ਭੁੱਲਰ ਨਾਲ ਮਿਲਾਇਆ। ਠੀਕ। ਤੇ ਬਾਈ ਉਹ ਬੰਦੇ ਨਾਲ ਮਿਲਣ ਤੋਂ ਬਾਅਦ ਮੇਰੀ ਲਾਈਫ ਚੇਂਜ ਹੋ ਗਈ ਹੈ। ਠੀਕ ਹੈ ਜੀ। ਠੀਕ ਹੈ। ਜਾਣੀ ਕਿ ਚਲੋ ਆਏ ਸੀ ਵੀ ਤੁਹਾਡਾ ਏਮ ਤਾਂ ਤੁਹਾਡਾ ਹੀ ਸੀ ਨਾ ਵੀ ਹਾਂ ਵੀ ਮੈਂ ਇੱਥੇ ਕੁਛ ਨਾ ਕੁਛ ਕਰਨਾ। ਚਲੋ ਆਏ ਆ ਵੀ ਜਿਵੇਂ ਜਿਵੇਂ ਸੰਯੋਗ ਬਣਦੇ ਗਏ ਤੁਹਾਨੂੰ ਬੰਦੇ ਵੀ ਉਹ ਜਿਹੇ ਮਿਲ ਗਏ। ਫਿਰ ਮੈਨੂੰ ਬਾਈ ਕਾਫੀ ਸਿੰਗਰਾਂ ਦੇ ਫੋਨ ਆਉਣ ਲੱਗ ਗਏ ਸੀ। ਠੀਕ ਹੈ। ਤੇ ਫਿਰ ਬਾਈ ਉਦੋਂ ਬਾਅਦ ਤਾਂ ਇੰਟਰਸਟ ਹੀ ਖਤਮ ਹੋ ਗਿਆ ਗਾਣਿਆਂ 'ਚ, ਫਿਰ ਲੱਗਣ ਲੱਗਿਆ ਵੀ ਗਾਣੇ ਤਾਂ ਬਹੁਤ ਛੋਟੀ ਜਿਹੀ ਚੀਜ਼ ਆ। ਪਹਿਲੀ ਪੌੜੀ ਚੜ੍ਹ ਲਈ, ਪਹਿਲੀ ਚੜ੍ਹ ਲਈ, ਫਿਰ ਕੇਰਾਂ ਤੋਂ ਇਨਕਮ ਆਉਣ ਲੱਗ ਗਈ। ਹਾਂ, ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਵੀ ਕਿੱਥੇ ਕੀ ਖੜਾ ਵੀ ਹਾਂ ਵੀ ਬਿਜ਼ਨਸ ਕਰਨਾ ਕਿਵੇਂ ਆ ਸੌਖਾ। ਫਿਰ ਬਾਈ ਆਪਾਂ
ਪੈ ਗਈ ਵੀ ਗਾਣੇ ਆਪ ਨੀ ਗਾਉਣੇ, ਠੀਕ ਹੈ ਆਪਾਂ ਕਿਸੇ ਨੂੰ ਗਵਾਈਏ ਕੰਪਨੀ ਚਲਾਈਏ, ਫਿਰ ਮੈਂ ਗਾਣਿਆਂ ਦੀ ਪ੍ਰਮੋਸ਼ਨ ਕੀਤੀ ਡਿਜੀਟਲ, ਹਾਂ ਡਿਜੀਟਲ ਚ ਆ ਗਏ ਵੀਰੇ। ਉਦੋਂ ਪਤਾ ਕਿ ਰਾਈਟਰ ਨੂੰ ਨਾ ਅੱਜ ਤਾਂ ਚਲੋ ਜਮਾਨਾ ਹੀ ਚੇਂਜ ਹੋ ਗਿਆ ਬਾਈ, ਜੇ 17 ਦੀ ਗੱਲ ਕਰੀ ਰਾਈਟਰ ਦੀ ਵੀ ਵੈਲਿਊ ਨੀ ਸੀ ਹੁੰਦੀ, ਮੈਂ ਫੋਨ ਲਾਉਣੇ ਬਾਈ ਮੇਰਾ ਗਾਣਾ ਗਾ ਦੋ, ਐਂ ਕਰ ਦੋ, ਫਿਰ ਮੈਂ ਉਹ ਚੀਜ਼ ਵੇਖੀ ਵੀ ਸਿੰਗਰਾਂ ਨੂੰ ਲੋੜ ਕਿਹੜੀ ਚੀਜ਼ ਦੀ ਆ, ਉਹ ਟਾਈਮ ਤੇ ਸਿੰਗਰਾਂ ਨੂੰ ਲੋੜ ਹੁੰਦੀ ਸੀ ਪ੍ਰਮੋਸ਼ਨ ਦੀ। ਓਕੇ ਠੀਕ, ਫਿਰ ਬਾਈ ਮੈਂ ਗੂਗਲ ਦੇ ਕੋਰਸ ਕੀਤੇ ਹਨਾ, ਤੇ ਮੈਂ ਗੂਗਲ ਬਾਰੇ ਪੜ੍ਹਿਆ, ਫਿਰ ਮੈਂ ਬਾਈ ਡਿਜੀਟਲ ਮਾਰਕੀਟਿੰਗ ਸਿੱਖੀ, ਫਿਰ ਸਿੰਗਰ ਬਾਈ ਮੈਨੂੰ ਫੋਨ ਲਾਉਣ ਲੱਗ ਗਿਆ, ਉਲਟਾ ਹੋ ਗਿਆ। ਅੱਛਾ ਵੀ ਤੁਸੀਂ ਜਾਣੀ ਕਿ ਜਿਹੜੀ ਪ੍ਰਮੋਸ਼ਨ ਕਰਦੇ ਆ ਵੀ ਉਹ ਸਾਰੇ ਸਿਸਟਮ ਨੂੰ ਸਿੱਖਿਆ? ਹਾਂਜੀ ਠੀਕ ਆ ਬਾਈ, ਠੀਕ ਆ ਠੀਕ ਆ। ਤੇ ਫਿਰ ਉਦੋਂ ਬਾਅਦ ਜਦੋਂ ਸਿੰਗਰਾਂ ਦੇ ਫੋਨ ਆਉਣ ਲੱਗ ਗਏ, ਫਿਰ ਜਿਹੜਾ ਮੇਰਾ ਬਿਜ਼ਨਸ ਮਾਈਂਡ ਜਮਾ ਹੀ ਚੇਂਜ ਹੋਇਆ ਨਾ, ਉਹ ਬਾਈ ਜਿੰਦੂ ਭੁੱਲਰ ਨੇ ਕੀਤਾ। ਇੱਕ ਬਾਈ ਦਾ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਖੁਦ ਦਾ ਆਈਲੈਂਡ ਸੈਕਟਰ ਵੀ ਆ ਤੇ ਇਮੀਗ੍ਰੇਸ਼ਨ ਦਾ ਵੀ ਕੰਮ ਕਰਦੇ ਆ। ਜਿਵੇਂ ਹੁਣ ਕਈ ਦਰਸ਼ਕ ਸੋਚਦੇ ਹੋਣੇ ਆ ਵੀ ਇਹ ਗੱਲਾਂ ਦਾ ਰਿਵਰਸ ਮਾਈਗ੍ਰੇਸ਼ਨ ਦੀਆਂ ਕਰੀ ਜਾਂਦੇ ਨੇ, ਤੇ ਬਟ ਜਿਹੜੇ ਬੰਦੇ ਨਾਲ ਬੈਠੇ ਆ ਵੀ ਉਹ ਖੁਦ ਵੀਜ਼ੇ ਲਵਾਉਂਦਾ, ਵੀ ਉਹਦੇ ਚ ਇਹ ਨੀ ਹੈਗਾ ਵੀ ਉਹ ਬੰਦੇ ਦਾ, ਇਹ ਤਾਂ ਬਾਈ ਦਾ ਬਿਜ਼ਨਸ ਆ, ਤੇ ਨਾ ਹੀ ਅਸੀਂ ਕਿਸੇ ਨੂੰ, ਜਿਵੇਂ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਨੇ ਸਾਡੇ ਪੋਡਕਾਸਟ ਸੁਣੇ ਆ, ਵੀ ਅਸੀਂ ਨਹੀਂ ਕਹਿੰਦੇ ਵੀ ਹਾਂ ਤੁਸੀਂ ਬਾਹਰ ਨਹੀਂ ਹੋ ਜਾਣਾ। ਗੱਲ ਇਹ ਆ ਵੀ ਇੱਥੇ ਬਿਜ਼ਨਸ ਕ੍ਰੀਏਟ ਕਰਨ ਦੀ ਆ, ਚਲੋ ਜਿਹੜੇ ਗਏ ਵੀ ਆ ਉਹ ਕੁਛ ਨਾ ਕੁਛ ਸੋਚਣ, ਉਹ ਜਿਹਾ ਕੋਈ ਨਾ ਕੋਈ ਉੱਥੋਂ ਪਲਾਨ ਲੈ ਕੇ ਆਉਣ, ਜਿਹੜਾ ਇੱਥੇ ਆ ਕੇ ਆਪਾਂ ਉਹ ਜਿਹਾ ਬਿਜ਼ਨਸ ਕ੍ਰੀਏਟ ਕਰੀਏ, ਵੀ ਜਿਹੜੇ ਮੁੰਡਿਆਂ ਨੂੰ ਰਾਹੀ ਗੱਲਾਂ ਇਹ ਰਹਿ ਗਿਆ ਵੀ ਨਹੀਂ ਜੀ ਬਸ ਸਾਡੀਆਂ ਅੱਖਾਂ ਬੰਦ ਨੇ ਅਸੀਂ ਗੱਲਾਂ ਬਾਹਰ ਦਾ ਹੀ ਸੋਚਣਾ 10ਵੀਂ 12ਵੀਂ ਬਾਅਦ, ਉਹਨਾਂ ਵਾਸਤੇ ਵੀ ਆਪਾਂ ਬਿਜ਼ਨਸ ਕ੍ਰੀਏਟ ਕਰਦੇ ਨੇ। ਮੰਨ ਲਓ ਹੁਣ ਇਹਨੇ ਬਾਈ ਨੇ ਇੱਥੇ ਕੰਮ ਆਪਦਾ ਤੋਰਿਆ, ਜਿਵੇਂ ਹੁਣ ਇਹਨਾਂ ਦੇ ਆਈਲੈਟਸ ਸੈਂਟਰ ਆ, ਤਾਂ ਇਹਨਾਂ ਕੋਲੇ ਵੀ ਥੋੜੇ ਉਹ ਜਿਹੇ ਬੰਦੇ ਵੀ ਹੈਗੇ ਵੀ ਜਿਹੜੇ ਪਹਿਲਾਂ ਸੋਚਦੇ ਸੀ ਵੀ ਅਸੀਂ ਵੀ ਮੇਬੀ ਕਰਕੇ ਲੰਘ ਹੀ ਜਾਣਾ, ਪਰ ਹੁਣ ਉਹ ਇਹਦੇ ਨਾਲ ਬਿਜ਼ਨਸ 'ਚ ਰਲ ਕੇ ਇੱਥੇ ਆਪਦੀ ਐਸਟੈਬਲਿਸ਼ਮੈਂਟ ਕਰ ਰਹੇ ਨੇ। ਹਾਂਜੀ ਉਹਦੇ ਬਾਰੇ ਨਾਲ ਦੇ ਸਾਰੇ ਹੁਣ ਜਿੰਨੇ ਮੇਰੇ ਫਰੈਂਡ ਸਰਕਲ 'ਚ ਆ ਨਾ, ਉਹ ਕਹਿੰਦੇ ਨਹੀਂ ਬਾਹਰ ਰੱਖਿਆ ਗਈ ਹੈ। ਹਾਂ ਉਹੀ ਹੈ ਨਾ ਵੀ ਮੇਨ ਪਰਪਸ ਆ ਤੁਸੀਂ ਪੈਸਾ ਕਮਾਉਣਾ, ਵੀ ਤੁਸੀਂ ਆਪਦਾ ਬਿਜ਼ਨਸ, ਪੈਸਾ ਕਮਾਉਣਾ ਹੀ ਗੱਲਾਂ ਮੇਨ ਪਰਪਸ ਨਹੀਂ ਆ, ਪੈਸਾ ਕਮਾਉਣ ਤੋਂ ਬਾਅਦ ਤੁਹਾਨੂੰ ਸਕੂਨ ਮਿਲਦਾ, ਸਕੂਨ ਹਾਂ ਹੁਣ ਨਹੀਂ ਪੈਸਾ ਕਮਾਉਣ ਦਾ ਵੀ ਸਕੂਨ ਨਹੀਂ ਲੈਣੀ ਤਾਂ ਸਮਝ ਆਉਂਦੀ ਹੈ ਨਾ ਆਪਣੇ ਆਲਾ ਨੂੰ, ਉਹ ਪਹਿਲਾਂ ਹੋ ਜਾਂਦਾ ਹੈ ਆਪਾਂ ਪੈਸਾ ਵੀ ਕਮਾਈਦਾ ਤੇ ਸਕੂਨ ਵਾਲੀ ਜ਼ਿੰਦਗੀ ਵੀ ਜੀਣੀ ਆ ਨਾ, ਸਭ ਤੋਂ ਵੱਡੀ ਗੱਲ ਇਹ ਫਿਰ ਉਹੀ ਗੱਲ ਹੈ ਵੀ ਅਗਲੀ ਪੌੜੀ ਆ ਜਾਂਦੇ ਜਦੋਂ ਬੰਦਾ ਬਾਹਰ ਚਲਿਆ ਜਾਂਦਾ, ਉੱਥੇ ਜਾ ਕੇ ਦੁੱਖ ਤਕਲੀਫਾਂ ਝੱਲਦਾ, ਉਦੋਂ ਪਤਾ ਲੱਗਦਾ ਵੀ ਯਾਰ ਮੈਂ ਪੈਸੇ ਤਾਂ ਕਮਾਈ ਜਾਂਦਾ ਪਰ ਉਹ ਸਕੂਨ ਹੈ ਨਹੀਂ ਜਿਹੜਾ ਪੰਜਾਬ ਦੇ ਇਹੋ ਜਿਹੇ ਬੰਦੇ ਆ ਜਿਹੜੇ ਮੈਂ ਦੇਖਿਆ ਹੁਣ ਆਪਾਂ ਬਾਹਰ ਭੇਜ ਦਿੰਦੇ ਨਾ, ਬਾਹਰ ਜਾਣ ਤੋਂ ਬਾਅਦ ਰੋਂਦੇ ਆ। ਮੇਰੇ ਫਰੈਂਡ ਸਰਕਲ ਚ ਬਹੁਤ ਹਨਾ, ਬਹੁਤ ਤਕੜੇ ਤਕੜੇ ਜਿਹਨਾਂ ਦੀਆਂ ਬਾਹਰ ਕੰਪਨੀਆਂ ਨੇ, ਤੇ ਉਹ ਬੰਦੇ ਰੋਂਦੇ ਹੀ ਰਹਿੰਦੇ ਬਈ ਪੰਜਾਬ ਵਰਗੀ ਰੀਸ ਨੀ, ਪੰਜਾਬ ਵਰਗੀ ਰੀਸ ਨੀ। ਹਾਲਾਂਕਿ ਉਹ ਪੰਜਾਬ ਆ ਸਕਦੇ ਪਰ ਆਉਣਾ ਨੀ ਚਾਹੁੰਦੇ, ਜਾਣ ਕੇ ਆਪਾਂ ਸੋਚਦੇ ਨੀ ਹੁੰਦੇ ਬਈ ਆਹ ਕੰਮ ਕਰੀਏ 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 ਬੈੱਡ ਤੇ ਪਏ, ਉਹਨਾਂ ਦਾ ਉਹ ਬੈੱਡ ਤੇ ਪੈਣ ਵਾਲਾ ਹਾਲ ਹੋ ਗਿਆ ਵੀ ਜੋ ਕੈਨੇਡਾ ਬੈਠੇ ਆ, ਆਉਣਾ ਚਾਹੁੰਦੇ ਆ ਪਰ ਜਾਣ ਕੇ ਨੀ ਆਉਂਦੇ, ਜਾਣ ਪਹੁੰਚ ਕੇ ਕਰ ਰਹੇ ਆ। ਹੁਣ ਜੇ ਮੈਂ ਸੋਚੀ ਜਾਵਾਂ ਬਾਈ ਮੈਂ ਕਰੋੜ ਰੁਪਇਆ ਕਮਾਉਣਾ ਤੇ ਘਰੇ ਬੈੱਡ ਤੇ ਪਿਆ, ਥੋੜੀ ਹੋ ਜਾਊਗਾ। ਜੇ ਪੰਜਾਬ ਆਉਣ ਦਾ ਦਿਲ ਕਰਦਾ ਤੁਹਾਨੂੰ ਆ, ਫਿਰ ਤੁਸੀਂ ਦੇਖੋ ਨਾ ਤੁਹਾਨੂੰ ਪੈਸਾ ਪਿਆਰਾ ਕਿ ਪੰਜਾਬ ਪਿਆਰਾ, ਜੇ ਪੰਜਾਬ ਨਾਲ ਵਾਕਈ ਪਿਆਰਾ ਤੇ ਫਿਰ ਪੈਸਾ ਬਾਈ ਮਾਇਨੇ ਨਹੀਂ ਰੱਖਦਾ, ਮਾਇਨੇ ਨਹੀਂ ਰੱਖਦਾ। ਨਾਲੇ ਆਏ ਆ ਵੀ ਉਹਨਾਂ ਦੀ ਸਟੇਬਲ ਇਨਕਮ ਵੀ ਬਣੀ ਹੋਈ ਆ, ਪਰ ਰਿਸਕ ਲੈਣ ਨੂੰ ਕੋਈ ਤਿਆਰ ਨਹੀਂ ਹੈਗਾ ਵੀ ਹਾਂ ਵੀ ਥੋੜਾ ਜਿਹਾ ਆਪਦੀ ਪੰਜਾਬੀ ਜਿਹੜੀ ਆਪਣੀ ਕੌਮ ਆ ਨਾ, ਜੇ ਉਹ ਪਿੱਛੇ ਆ ਤੇ ਉਹ ਰਿਸਕ ਚ ਆ ਬਾਈ। ਆਪਾਂ ਬੰਦਾ ਮਾਰਨ ਦਾ ਰਿਸਕ ਲੈ ਲੈਂਦੇ ਆ ਪਰ ਪੈਸਿਆਂ ਦਾ ਰਿਸਕ ਨਹੀਂ ਲੈਂਦੇ, ਨਹੀਂ ਲੈਂਦੇ। ਹਾਂ ਸਾਡਾ ਬਿਜ਼ਨਸ ਕਰਨਾ ਚਾਹੀਦਾ, ਇਹ ਤਾਂ ਗੱਲ ਹਾਂ ਨਹੀਂ ਇਹ ਬਾਈ ਆਪਾਂ ਕੰਫਰਟੇਬਲ ਜਣਾ ਦੋਨੇ ਆ, ਆਪਣੀ ਕੋਲ ਦਲੇਰ ਆ, ਬਹੁਤ ਦਲੇਰ ਮੰਨੀ ਜਾਂਦੀ ਹੈ ਹਨਾ। ਆਪਾਂ ਆਪਾਂ ਇਹ ਕਹਿੰਦੇ ਵੀ ਮਰ ਜਾਵਾਂਗੇ ਪਰ ਫਿਰ ਜਿਹੜੀ ਬਹੁਤ ਛੋਟੀ ਜਿਹੀ ਚੀਜ਼ ਆ ਪੈਸਾ, ਉਹ ਆਪਾਂ ਕਿਉਂ ਨਹੀਂ ਲੱਖ ਰੁਪਈਆ ਵੀ ਆਪਾਂ ਰਿਸਕ। ਹੁਣ ਬਾਈ ਮੈਂ ਤੁਹਾਨੂੰ ਉਦਾਹਰਨ ਦਿੰਦਾ ਹਨਾ, ਬਈ ਮੇਰਾ ਫਰੈਂਡ ਆ ਉਹ 60-70 ਹਜ਼ਾਰ ਰੁਪਈਆ ਮਹੀਨੇ ਦਾ ਖਰਾਬ ਕਰ ਦਿੰਦਾ ਬਾਈ, ਠੀਕ ਹੈ। ਉਹਨੂੰ ਮੈਂ ਕਿਹਾ ਵੀ ਆਹ 1,00,000 ਰੁਪਈਆ ਲਾ ਆਹ ਬਿਜ਼ਨਸ ਸਟਾਰਟ ਕਰ ਦੇ, ਠੀਕ ਹੈ। ਉਹ ਕਹਿੰਦੇ ਯਾਰ 1,00,000 ਦਓ ਜੀ,
ਹੁਣ ਬਈ ਫਿਰ ਓਦਾਂ ਦੀ ਜਿਹੜੀ ਸੋਚ ਆ ਮੈਂਟੈਲਿਟੀ ਉਹ ਉਹਦੇ ਨਾਲ ਬੰਦਾ ਸਕਸੈਸ ਨਹੀਂ ਹੋ ਸਕਦਾ, ਕਿਉਂਕਿ ਹੁਣ ਮੈਂ ਬਾਹਰ ਜਾਣ ਨੂੰ ਵੀ ਹਾਂ ਸਕਸੈਸ ਦੀ ਪਹਿਲੀ ਪੌੜੀ ਹੁੰਦੀ ਹੈ ਨਾ ਉਹ ਸੋਚਣਾ ਹੀ ਹੁੰਦੀ ਹੈ। ਸਹੀ ਹੈ, ਅਗਰ ਤੁਸੀਂ ਅਮੀਰ ਸੋਚੋਗੇ ਤਾਂ ਹੀ ਅਮੀਰ ਅਮੀਰ ਬਣੋਗੇ। ਹਾਂ ਨਹੀਂ ਸਹੀ ਹੈ, ਸਹੀ ਹੈ, ਉਹੀ ਗੱਲ ਹੈ ਨਾ ਵੀ ਜੇ ਮੰਨ ਲਓ ਵੀ ਰਿਸਕ ਨਹੀਂ ਲੈਣਾ, ਮੰਨ ਲਓ ਬਾਹਰ ਜਾਣ ਵਾਲੀ ਭੇਡ ਚਾਲ ਲਾ ਲਓ ਜਾਂ ਕੁਛ ਵੀ ਆ ਵੀ ਉੱਥੇ 25-25 ਲੱਖ ਜ਼ਰੂਰ ਫਸਾਉਣਾ ਵੀ, ਹਾਲਾਂਕਿ ਆਪਾਂ ਨੂੰ ਪਤਾ ਵੀ ਉਹ ਉਸ ਚੀਜ਼ ਨੇ ਕਿੱਥੇ ਜਾ ਕੇ ਰਿਕਵਰ ਹੋਣਾ ਜਿੰਨੀ ਕੁ ਆਪਾਂ ਇਨਵੈਸਟ ਕਰਦੇ ਹਾਂ। ਪੰਜਾਬੀ ਕੌਮ ਤੋਂ ਤਾਂ ਮੈਨੂੰ ਇੰਨਾ ਕੁ ਗਿਲਾ ਨਹੀਂ ਕਹਿ ਸਕਦੇ ਹਨਾ, ਬਈ ਮੈਨੂੰ ਪਰਮਾਤਮਾ ਇਹਨਾਂ ਨੂੰ ਥੋੜੀ ਬੁੱਧੀ ਬਖਸ਼ਿਆ, ਆਪਾਂ ਢਿੱਡ ਭਰਿਆ ਅੱਜ ਤਾਂ ਖੇਤੀ ਨਾਲ ਵੀ, ਹਾਂਜੀ ਹਾਂ, ਉਸ ਜ਼ਮੀਨ ਨੇ ਆਪਾਂ ਨੂੰ ਕੈਨੇਡਾ ਅਮਰੀਕਾ ਪਹੁੰਚ ਤੇ ਕੀਤਾ, ਠੀਕ ਹੈ, ਤੇ ਇਹ ਬੰਦੇ ਉਸੇ ਜ਼ਮੀਨ ਨੂੰ ਕੀ ਜਾਂਦੇ ਵੀ ਇਹਦੇ 'ਚ ਕੁਝ ਬਚਦਾ ਨੀ, ਠੀਕ ਹੈ, ਆਪਦੀ ਇੱਕ ਪਾਸੇ ਜ਼ਮੀਨ ਨੂੰ ਮਾਂ ਕਹਿਣਾ ਤੇ ਉਸੇ ਮਾਂ ਨੂੰ ਕੀ ਜਾਣਾ ਇਹਦੇ 'ਚ ਕੀ ਵੱਟਣਾ, ਮਾਂ ਨਾ ਕਹੋ ਤੇ ਜਾਂ ਫਿਰ ਇਹ ਨਾ ਕਹੋ ਵੀ ਇਹਦੇ ਚ ਵੱਟਣਾ ਕੀ ਆ, ਜੇ ਮਾਂ ਵਾਲਾ ਦਰਜਾ ਦਿੰਦੇ ਆ ਤੇ ਉਹਦਾ ਸਤਿਕਾਰ ਵੀ ਮਾਂ ਦੀ ਤਰ੍ਹਾਂ ਕਰੋ, ਮਾਂ ਦੀ ਤਰ੍ਹਾਂ ਕਰੋ। ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ, ਤੇ ਹੁਣ ਜਿਵੇਂ ਤੁਸੀਂ ਥੋੜਾ ਜਿਹਾ ਆਪਦੇ ਬਾਰੇ ਆਪਦੇ ਸ਼ੌਂਕਾਂ ਬਾਰੇ ਵੀ ਦੱਸੋ, ਕਿਉਂਕਿ ਜਿਵੇਂ ਹੁਣ ਚਲੋ ਸਾਨੂੰ ਤਾਂ ਪਤਾ ਹੀ ਹੈ ਹੁਣ ਥੋੜਾ ਰਾਈਡਿੰਗ ਕਰਨਾ ਸੁਪਰ ਬਾਈਕ ਤੇ, ਇੱਕ ਨਸ਼ਾ ਕਹਿ ਦਿੰਦਾ, ਨਸ਼ਾ ਜ਼ਰੂਰੀ ਨਹੀਂ ਹੁੰਦਾ ਬਈ ਹਨਾ ਸ਼ਰਾਬ ਪੀਣੀ ਨਸ਼ਾ ਹੋ ਗਿਆ, ਨਸ਼ਾ ਹੁੰਦਾ ਕਿਸੇ ਵੀ ਚੀਜ਼ ਨੂੰ ਲੱਤ ਲੱਗ ਜਾਣੀ, ਲੱਤ ਲੱਗ ਮੈਨੂੰ ਬਾਈਕ ਫਾਸਟ ਚਲਾਉਣ ਦਾ ਨਸ਼ਾ, ਠੀਕ ਹੈ ਤੁਹਾਨੂੰ ਉਸ ਚੀਜ਼ ਦਾ ਹਰੇਕ ਪੰਜਾਬੀ ਦਾ ਜਿਹੜਾ ਸ਼ੌਂਕ ਹੁੰਦਾ ਉਹੀ ਸ਼ੌਂਕ ਨੇ, ਪਰ ਆਪਾਂ ਆਪਦੇ ਆਪਦੇ ਪੈਸੇ ਤੇ ਆ ਜਿਹੜੀ ਸਭ ਤੋਂ ਵਧੀਆ ਗੱਲ ਹੈ ਬਾਈ, ਘਰੋਂ 20,000 ਰੁਪਇਆ ਲੈ ਕੇ ਮੋਹਾਲੀ ਨੂੰ ਗਿਆ ਸੀ ਉਹ 20,000 ਤੋਂ ਸਭ ਬਣਾ ਲਿਆ, ਹਾਂ ਨਹੀਂ ਇਹ ਦੇਖੋ ਵੀ ਸਿੱਖਣ ਵਾਲੀ ਗੱਲ ਆ ਨਾ ਨਵੇਂ ਮੁੰਡਿਆਂ ਵਾਸਤੇ ਖਾਸ ਕਰਕੇ, ਕਿਉਂਕਿ ਜਦੋਂ ਹੁਣ ਬਾਈ ਕਈ ਤਾਂ ਇਹ ਕਹਿਣਗੇ ਵੀ ਤਾਂ ਵੀਜ਼ਾ ਨਹੀਂ ਲੱਗਿਆ ਹੁਣ ਬਾਹਰ ਗਿਆ ਵੀ ਉਹ ਵੀ ਤਾਂ ਹੀ ਤਾਂ ਆਪਾਂ ਦੱਸਿਆ ਨਾ ਵੀ ਮੁੰਡਾ ਵੀਜ਼ੇ ਲਵਾਉਂਦਾ ਵੀ ਉਹ ਨਹੀਂ ਗੱਲ ਹੈ ਕਿ ਵੀ ਇਹਦਾ ਵੀਜ਼ਾ ਨਹੀਂ ਲੱਗਿਆ ਵੀ ਇਹ ਤਾਂ ਹੋਰਾਂ ਦੇ ਵੀਜ਼ੇ ਲਵਾਉਂਦਾ ਵੀਜ਼ਾ ਆਇਆ ਮੇਰੀ ਪੀਪੀ ਵਾਲਾ ਜੀ ਨੇ ਪਾਸਪੋਰਟ ਨਹੀਂ ਸਬਮਿਟ ਕੀਤਾ, ਹੁਣ ਤੁਸੀਂ ਦੱਸੋਗੇ ਬਾਹਰ ਦੇ ਡਰਦੇ ਨਾ ਵੀ ਪੰਜਾਬ ਆ ਕੇ ਸਾਡੇ ਪੈਸੇ ਖਰਾਬ ਹੋ ਜਾਣਗੇ ਵੀ ਜੇ ਪੰਜਾਬ ਜਾਵਾਂ ਖਰਚਾ ਜੂ, ਮੈਂ ਪਾਸਪੋਰਟ ਹੀ ਨਹੀਂ ਸਬਮਿਟ ਕੀਤਾ ਮੈਂ ਕਿਹੜਾ 2-2.5 ਲੱਖ ਦੀ ਟਿਕਟ ਲਾ ਕੇ ਕੈਨੇਡਾ ਜਾਊਗਾ ਵੀ ਉਹਨੂੰ ਬਿਜ਼ਨਸ ਚਲਾਉਂਦੇ ਆ, ਹਾਂ ਵੀ ਉਸੇ 2-2.5 ਲੱਖ ਨੂੰ ਇੱਥੇ ਬਾਈ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ 4 ਲੱਖ ਰੁਪਏ ਇਨਵੈਸਟ ਕਰਦੇ ਹੋ ਨਾ ਸਹੀ ਜਗ੍ਹਾ ਤੇ ਉਹ 4 ਲੱਖ ਦਾ ਸਾਲ ਤੁਸੀਂ 8 ਲੱਖ ਤੇ 80 ਲੱਖ ਵੀ ਬਣਾ ਸਕਦੇ ਹੋ, ਬਹੁਤ ਬਈ ਮੈਂ ਖੇਤੀ ਚ ਮੈਨੂੰ ਅੱਜ ਦੇ ਟਾਈਮ ਪਤਾ ਹੀ ਲੱਗਦਾ ਬਈ ਖੇਤੀ ਚ ਸਭ ਤੋਂ ਵੱਧ ਪੈਸਾ, ਆਪਾਂ ਬਿਜ਼ਨਸ ਦੇ ਤਰੀਕੇ ਨਾਲ ਖੇਤੀ ਨੂੰ ਲਿਆ ਹੀ ਨੀ ਲਿਆ ਹੀ ਨੀ ਲਿਆ ਨਹੀਂ ਗੋਰੇ ਨਾ ਫਾਰਮਿੰਗ ਨੂੰ ਬਿਜ਼ਨਸ ਸਮਝਦੇ ਆ ਪਰ ਆਪਾਂ ਬਿਜ਼ਨਸ ਸਮਝਦੇ ਹੀ ਨੀ, ਜਦੋਂ ਫਾਰਮਿੰਗ ਨੂੰ ਬਿਜ਼ਨਸ ਸਮਝ ਆ ਗਏ ਤਾਂ ਹੀ ਉੱਪਰ ਮੋਟਾ ਪ੍ਰੋਫਿਟ ਆਊਗਾ ਹਨਾ, ਤੇ ਆਪਾਂ ਮੱਕੀ ਬੀਜ ਸਕਦੇ ਹਾਂ, ਮੱਕੀ ਬੀਜ ਕੇ ਮੱਕੀ ਦਾ ਆਟਾ ਕਿਉਂ ਨੀ ਵੇਚ ਸਕਦੇ ਪੈਕਟਾਂ ਚ ਬੰਦ ਕਰਕੇ, ਆਪਾਂ ਰੋ ਮਟੀਰੀਅਲ ਨਹੀਂ ਰਹਿ ਜਾਂਦੇ, ਉਹੀ ਤਾਂ ਇਹੀ ਤਾਂ ਇੱਥੇ ਤਾਂ ਗੱਲ ਆਪਾਂ ਛੇਤੀ ਭਾਲਦੇ ਆ ਅਸਲ ਚ ਬਈ, ਇਹ ਨੀ ਕਹਿੰਦੇ ਅਸਲ ਚ ਨਾ ਆਪਣੇ ਪੰਜਾਬੀਆਂ ਨੇ ਕਰਜ਼ੇ ਹੀ ਬਹੁਤ ਚੱਕ ਲਏ ਦਿਖਾਵੇ ਦੇ ਚੱਕਰ ਚ, ਹੁਣ ਉਹ ਇਨਵੈਸਟਮੈਂਟ ਹੁਣ ਮੰਨ ਲਓ ਬਈ ਮੈਂ ਜ਼ਮੀਨ ਤੇ ਜੇ ਲੋਨ ਲਵਾਂ ਠੀਕ ਹੈ, ਮੰਨ ਲਓ ਲਿਮਟ ਕਰਾ ਲਈ ਸਰਕਾਰ ਨੇ ਲਿਮਟ ਇਹ ਥੋੜਾ ਦਿੱਤੀ ਹੈ ਤੂੰ ਲਿਮਟ ਲੈ ਤੇ ਗੱਡੀ ਲਿਆ ਲਿਮਟ ਲੈ ਵਿਆਹ ਕਰ ਦੇ, ਸਹੀ ਹੈ ਸਹੀ ਹੈ, ਅਗਰ ਜ਼ਮੀਨ ਦਾ ਪੈਸਾ ਮੈਂ ਜ਼ਮੀਨ ਚ ਲਾਉਂਗਾ ਜ਼ਮੀਨ ਤੇ ਬਿਜ਼ਨਸ ਐਜ਼ ਅ ਬਿਜ਼ਨਸ ਮੈਂ ਜੀ ਬਿਜ਼ਨਸ ਲਾਉਂਗਾ ਤੇ ਬਈ ਉਹ ਕਿਵੇਂ ਨਹੀਂ ਉਹ ਹੀ ਇਹ ਸੋਚ ਕੇ ਲਾਉਣਾ ਵੀ ਜੇ ਮੈਂ ਚ 5 ਪਾ ਰਿਆਂ ਤਾਂ ਮੇਰਾ 10 ਕੱਢਣਾ, ਹਾਂ ਹੁਣ ਮੈਂ ਮੰਨ ਲਓ ਜੇ ਮੈਂ ਜ਼ਮੀਨ ਤੇ ਮੰਨ ਲਓ ਲਿਮਟ ਕਰਾਵਾਂ, ਚਲੋ ਬਾਬੇ ਦੀ ਮਿਹਰ ਨਾਲ ਆਪਾਂ ਲੋੜ ਨਹੀਂ ਮੈਂ ਉਦਾਹਰਨ ਦੇ ਰਿਹਾ ਹਨਾ, ਤੁਸੀਂ ਕਿੱਲੇ ਤੇ ਜੇ 5 ਲੱਖ ਦੀ ਲਿਮਟ ਆ ਨਾ ਬਈ ਤੁਸੀਂ 5 ਲੱਖ ਦੇ ਮਾਮਲਾ ਦੇਣ ਲਈ ਉਸ 5 ਲੱਖ ਨੂੰ ਵਰਤੋ ਨਾ ਕਿ ਗੱਡੀ ਲਿਆਉਣ ਲਈ, ਗੱਡੀ ਲਿਆਉਣ ਲਈ ਜਾਂ ਆਪਦੇ ਉਹ ਨਹੀਂ ਬਈ ਸ਼ੌਂਕ ਬਾਅਦ ਚ ਪੂਰੇ ਕਰਨੇ ਚਾਹੀਦੇ ਆ ਤੇ ਪਹਿਲਾਂ ਆਪਦਾ ਬਿਜ਼ਨਸ ਸਟੇਬਲ ਕਰ ਦੇਣਾ ਚਾਹੀਦਾ, ਮੈਨੂੰ ਇੱਕ ਗੱਲ ਮੈਂ ਸੁਣੀ ਸੀ ਕਿ ਤੋਂ ਬਈ
ਘਰ ਪਾਉਣ ਨਾਲੋਂ ਪਹਿਲਾਂ ਦੁਕਾਨ ਪਾ ਲੈਣੀ ਚਾਹੀਦੀ ਆ ਤੇ ਉਹ ਚੀਜ਼ ਮੈਂ ਬਹੁਤ ਚੰਗੀ ਤਰ੍ਹਾਂ ਫੋਲੋ ਕਰਦਾ। ਪਰ ਜਦੋਂ ਅਸੀਂ ਦੁਕਾਨ ਪਾਏ ਕਾਬਲ ਹੋ ਗਏ ਫਿਰ ਤੁਹਾਨੂੰ ਇਹ ਵੀ ਨੀ ਹੋਣਾ ਚਾਹੀਦਾ ਵੀ ਹੁਣ ਖੂਹ ਆਏ ਤਾਂ ਬਈ ਬਿਜ਼ਨਸ ਤਾਂ ਖੂਹ ਆਏ ਜਿੰਨਾ ਮਰਜ਼ੀ ਭਰੀ ਜਾਓ ਹਨਾ, ਕਦੇ ਬੰਦਾ ਰੱਜਦਾ ਨੀ ਰੱਜਦਾ ਨੀ। ਜਦੋਂ ਤੁਸੀਂ ਇਹ ਸੋਚਿਆ ਕਰੋ ਵੀ ਜੋ ਤੁਸੀਂ 5 ਸਾਲ ਪਹਿਲਾਂ ਸੋਚਿਆ ਯਾਰ ਤੁਸੀਂ ਉੱਥੇ ਪਹੁੰਚ ਗਏ ਹੋ ਉਦੋਂ 10% ਉੱਪਰ ਹੋ, ਫਿਰ ਆਪਦੇ ਸ਼ੌਂਕ ਜ਼ਰੂਰ ਪੂਰੇ ਕਰੋ ਕਿਉਂਕਿ ਬਈ ਪੈਸਿਆਂ ਦੀ ਜਿਹੜੀ ਲਾਲਸਾ ਨਾ ਇਹ ਪੂਰੀ ਜ਼ਿੰਦਗੀ ਖਤਮ ਨੀ ਹੋਣੀ ਜਿੰਨਾ ਮਰਜ਼ੀ ਕਮਾਓ। ਤੁਹਾਡੇ ਸ਼ੌਂਕ ਤੇ ਵਾਪਿਸ ਆਉਣੇ ਆ, ਜਿਵੇਂ ਮੰਨ ਲਓ ਵੀ ਜਿਵੇਂ ਤੁਸੀਂ ਦੱਸਿਆ ਹੀ ਸੀਗਾ ਬਾਈ ਦੀਪ ਸਿੱਧੂ ਵਾਲੀ ਗੱਲ ਵੀ, ਉਹ ਵੀ ਥੋੜਾ ਦੱਸਿਓ ਵੀ ਕਿਉਂਕਿ ਬਾਈ ਦਾ ਅੰਮ੍ਰਿਤ ਛਕਿਆ ਹੋਇਆ ਤੇ ਬਾਈ ਪਰਨਾ ਮੋਸਟਲੀ ਗੋਲ ਪਰਨਾ ਬੰਦਾ ਤੇ ਉਹ ਜਿਵੇਂ ਵੀ ਚਲੋ ਬਾਈ ਤੁਹਾਨੂੰ ਆਪਦੇ ਮੂੰਹੋਂ ਦੱਸੂਗਾ। ਆਪਾਂ ਜੇ ਪੰਜਾਬੀ ਇੰਡਸਟਰੀ ਚ ਕੰਮ ਕਰਦੇ ਹਾਂ ਨਾ, ਬਾਈ ਆਪਾਂ ਨੂੰ ਮਿਲਦਾ ਰਹਿੰਦਾ ਸੀ, ਪਰ ਬਾਈ ਨੂੰ ਇਹ ਨੀ ਸੀ ਪਤਾ ਵੀ ਬਾਈ ਕੋਲ ਸੁਪਰ ਬਾਈਕ ਆ। ਠੀਕ ਹੈ, ਉਹ ਮੈਂ ਨਾ ਆਪਣਾ ਬਾਈ ਦਾ ਪਿੰਡ ਇੱਥੇ ਲੁਧਿਆਣੇ ਕੋਲ ਹੀ ਹੈ ਨਾ, ਮੈਂ ਫਿਰੋਜ਼ਪੁਰ ਰੋਡ ਤੋਂ ਆਉਂਦਾ ਸੀ ਤੇ ਮਤਲਬ ਸ਼ਾਮ ਦਾ ਟਾਈਮ ਹੋਣਾ ਤੇ ਬਾਈ ਮੈਨੂੰ ਸਕੋਰਪੀਓ ਜਾ ਰਿਹਾ ਸੀ, ਬਾਈ ਮਿਲਿਆ। ਬਾਈ ਕਹਿੰਦਾ ਯਾਰ ਵੀ ਮੈਂ ਪਹਿਲੀ ਵਾਰ ਦੇਖਿਆ ਵੀ ਸਰਦਾਰ ਮੁੰਡਾ ਗੋਲ ਪਰਮਾ ਵਨ ਕਿ ਵੀ ਸੁਪਰ ਬਾਈਕ ਤੇ, ਸੁਪਰ ਬਾਈਕ ਤੇ ਕਹਿੰਦਾ ਵੀ ਨਹੀਂ ਆਪਣੇ ਮੁੰਡੇ ਲਗਭਗ ਹੈਲਮਟ ਲੈ ਲੈਂਦੇ ਹਨਾ, ਕਹਿੰਦਾ ਬਾਈ ਯਾਰ ਮੇਰਾ ਬਹੁਤ ਦਰਖਾਸ ਹੋਇਆ ਤੇ ਬਾਈ ਮੈਨੂੰ 1-2 ਵਾਰ ਪਹਿਲਾਂ ਹੀ ਮਿਲਿਆ ਸੀਗਾ। ਠੀਕ ਹੈ, ਤੇ ਬਾਈ ਮੈਨੂੰ ਜਾ ਨੂੰ ਬਾਈ ਕਹਿੰਦਾ ਮੈਨੂੰ ਰੋਕ ਕੇ ਪਤਾ ਲੱਗਿਆ ਵੀ ਤੂੰ ਆ। ਹਾਂ ਨਹੀਂ ਉਹੀ ਕਹਿਣ ਦੀ ਗੱਲ ਕੀ ਆ ਵੀ ਮੰਨ ਲਓ ਵੀ ਪਹਿਲਾਂ ਜਿਵੇਂ ਗੁਰੀ ਨੇ ਜਦੋਂ ਸੁਪਰ ਬਾਈਕ ਆਪਦਾ ਸ਼ੌਂਕ ਅੱਜ ਨਹੀਂ ਕੀਤਾ, ਮੈਂ ਤੁਹਾਨੂੰ ਦੱਸਦਾ ਮੈਨੂੰ ਲੋਕ ਪਤਾ ਹੀ ਕਹਿੰਦੇ ਆ ਵੀ ਸਰਦਾਰ ਬੁਲਟ ਤੋਂ ਇਲਾਵਾ ਕਿਸੇ ਮੋਟਰ ਨਾਲ ਤਾਂ ਸੁਣੇ ਜੱਜਦਾ ਬਾਈ ਇਹ ਇਹ ਕਿੱਥੇ ਲਿਖਿਆ। ਹਾਂ ਸਹੀ ਹੈ, ਨਹੀਂ ਨਹੀਂ ਸਹੀ ਹੈ, ਆਪਣੇ ਲੋਕ ਬਈ ਨਾ ਪਿੱਛੇ ਪੈ ਜਾਂਦੇ ਆ। ਹੁਣ ਜਿਵੇਂ ਥਾਰ ਦੇ ਪਿੱਛੇ ਪਏ ਆ, ਹੁਣ ਆਈਫੋਨ ਦੇ ਪਿੱਛੇ ਪਿਆ ਮੈਂ ਨਾ, ਅਸਲ ਚ ਮੈਨੂੰ ਸੈਮਸੰਗ ਦਾ ਫੋਨ ਪਸੰਦ ਆ ਤੇ ਮੈਨੂੰ ਕਹਿੰਦੇ ਵੀ ਤੂੰ ਤਾਂ ਕਹਿੰਦਾ ਗਾ ਤੇਰੇ ਕੋਲ ਆਪਦੇ ਕੋਲ ਆਈਫੋਨ ਹੈ ਨੀ, ਫਿਰ ਮੈਂ ਆਹ ਦਿਖਾਉਣ ਲਈ ਰੱਖਿਆ ਵੀ ਅੱਜ ਵੀ ਆਪਾਂ ਲਿਆ ਕੇ ਰੱਖੀਦਾ ਵੀਰੇ ਆਹ ਪਿਆ ਪਰ ਸੈਮਸੰਗ ਸਿਰਾ। ਸਹੀ ਆ ਸਹੀ ਆ, ਕੋਈ ਚੀਜ਼ਾਂ ਬਈ ਦੁਨੀਆਂ ਦੇ ਵੀ ਦੁਨੀਆਂ ਨੂੰ ਲੱਗ ਵੀ ਹਾਂ ਜ਼ਰੂਰੀ ਨਹੀਂ ਵੀ ਭੇਡ ਚਾਲ ਚ ਹੀ ਪੈਣਾ। ਹਾਂਜੀ ਹਾਂ, ਤੇ ਜਿਵੇਂ ਤੁਸੀਂ ਸੱਚ ਇੱਕ ਉਹ ਕਿੱਸਾ ਦੱਸੋ ਤੁਹਾਡਾ ਆਪਣਾ ਹਜ਼ੂਰ ਸਾਹਿਬ ਜਾਣ ਵਾਲਾ ਵੀ। ਹਜ਼ੂਰ ਸਾਹਿਬ ਵਾਲਾ ਵੀਰੇ ਇੰਨਾ ਗਾ ਵੀ ਮੈਂ ਨਾ ਜਦੋਂ ਹਜ਼ੂਰ ਸਾਹਿਬ ਜਾਣਾ ਸੀ, ਜਦੋਂ ਮੇਰੇ ਕੋਲ ਨਹੀਂ ਪੈਸੇ ਪੁੱਛ ਹੁੰਦੇ ਸੀ ਨਾ, ਮੈਂ ਸਰਦਾਰ ਸਿੱਧੀ ਵੀ ਜੇ ਸੁਪਨਾ ਨੀ ਹੁੰਦਾ ਕਿਹੜਾ ਲੈਣੇ ਲੈ ਬੈਠੇ ਵੀ ਜੇ ਮੇਰੇ ਕੋਲ ਮੋਟਰਸਾਈਕਲ ਆਹ ਹੋਵੇ ਵੀ ਮੈਂ ਹਜ਼ੂਰ ਸਾਹਿਬ ਜਾਂਦਾ। ਠੀਕ ਹੈ ਠੀਕ ਆ ਬਈ, ਜਦੋਂ ਪਰਮਾਤਮਾ ਨੇ ਇੱਕ ਦੀ ਜਗ੍ਹਾ ਤੇ 2 ਦਿੱਤੇ ਫਿਰ ਉਹ ਨਾ ਵੀ ਦੱਸੋ ਕਿਉਂਕਿ ਮੈਨੂੰ ਪਤਾ ਲੱਗਣਾ, ਇੱਕ ਦੀ ਜਗ੍ਹਾ ਤੇ ਬਈ ਮੇਰੇ ਕੋਲ 2 ਮੋਟਰਸਾਈਕਲ ਆ ਗਏ ਤੇ ਮੈਂ ਕਿਹੜੇ ਨੇ ਬਈ ਬਈ ਪਹਿਲਾਂ 2019 ਚ ਮੈਂ R15 V3 ਲਿਆ ਸੀ, ਫਿਰ ਮੈਂ ਹਾਇਆਬੂਸਾ ਲਿਆ, ਫਿਰ ਮੈਂ CBR 50R ਲਿਆ। ਠੀਕ ਹੈ ਠੀਕ ਹੈ, ਤੇ ਜਦੋਂ ਮੇਰੇ ਕੋਲ ਆ ਗਏ ਬਈ ਫਿਰ ਮੈਨੂੰ ਵੀ ਮੈਂ ਯਾਦ ਕਈ ਵਾਰ ਪਰਮਾਤਮਾ ਪਰ ਬਈ ਖੁਦ ਯਾਦ ਕਰਾਉਂਦਾ ਵੀ ਤੂੰ ਕਿਹਾ ਸੀ ਹਨਾ ਕੀਤੀ ਹੋਈ ਕਰਦਾ, ਤੇ ਫਿਰ ਮੈਂ ਯਾਰਾਂ ਦੋਸਤਾਂ ਨੂੰ ਕਿਹਾ ਵੀ ਆਪਾਂ ਚੱਲਦੇ ਹਾਂ ਵੀ ਪੈਸੇ ਵੀ ਮੈਂ ਦੇ ਦੂੰ ਤੁਸੀਂ ਮੋਟਰ ਨਾਲ ਚੱਲੋ ਵੀ ਤੇਲ ਖਰਚਾ ਦੇਣਾ ਤੁਹਾਡਾ ਸਾਰਾ ਕੁਝ ਮੇਰਾ ਵੀ ਸਾਥ ਚਾਹੀਦਾ। ਹਾਂ ਬਈ ਕੋਈ ਬੰਦਾ ਨਹੀਂ ਮਿਲਦਾ, ਕੋਈ ਵੀ ਗੁਰੂ ਘਰ ਦੇ ਨਾਲ ਕੋਈ ਵੀ ਤਰਦਾ, ਜੇ ਆਪਾਂ ਕਹਿ ਦਈਏ ਵੀ ਇੱਥੇ ਆਪਾਂ ਚੱਲਦੇ ਆ ਪਾਰਟੀ ਕਰਦੇ ਆ ਦੁਬਈ ਲੈ ਜਾਂਦਾ ਠੀਕ ਆ, ਤੇ ਦੁਬਈ ਨੂੰ ਵੀ ਤੁਰ ਪੈਣਗੇ। ਜੇ ਮੈਂ ਕਹਾਂ ਗੋਆ ਚੱਲਦੇ ਆ, ਗੋਆ ਚੱਲ ਪਊ ਗੱਡੀ ਚ ਜਦੀ ਤਿਆਰ ਆ, ਪਰ ਜੇ ਗੁਰੂ ਘਰ ਦਾ ਰਹਿ ਲੈਂਦੇ ਆ ਬਹੁਤ ਬਈ ਜਿੰਨੇ ਮੇਰੇ ਫਰੈਂਡ ਸਰਕਲ ਚ ਕੋਈ ਨੀ ਆ। ਠੀਕ ਆ, ਹਜ਼ੂਰ ਸਾਹਿਬ ਜਾ ਰਿਹਾ ਵੀ ਉਹ ਵੀ ਚਲੋ ਉਹਦੀ ਸ਼ਰਧਾ ਸੀ, ਤੇ ਹਾਲਾਂਕਿ ਬਾਈ ਨੇ ਉਹ ਤੋਂ ਸਿੱਖਿਆ ਵੀ ਬਹੁਤ ਕੁਛ ਆ ਵੀ। ਹਾਂ ਤੁਸੀਂ ਉਹ ਥੋੜਾ ਦੱਸੋ ਵੀ। ਹਾਂ ਬਾਈ ਉੱਥੇ ਜਾ ਕੇ ਮੈਂ ਦਲੇਰ ਹੋ ਗਿਆ। ਅੱਛਾ, ਜੋ ਡਰ ਹੁੰਦਾ ਨਾ ਵੀ ਪੰਜਾਬ ਤੋਂ ਬਾਹਰ ਜਾ ਕੇ ਆਪਾਂ ਨੂੰ ਪਤਾ ਨੀ ਕੀ ਹੋਊਗਾ, ਹਾਂਜੀ ਉੱਥੇ ਜਾ ਕੇ ਇੰਨੀ ਕੁ ਦਲੇਰੀ ਪੈ ਗਈ ਬਈ ਮੈਂ ਉਹਨਾਂ ਉਹ ਜਿਹੇ ਰਾਹਾਂ ਵਿੱਚ ਦੀ ਲੰਘਿਆ ਨਾ ਬਈ ਜਿੱਥੇ ਬੰਦਾ ਦਿਨੇ ਬਣਾ ਦਿੰਦੇ ਜੰਗਲ। ਮੇਰੇ ਬਾਈਕ ਤੇ R15 ਦੀਆਂ V3 ਦੀਆਂ ਬਹੁਤ ਬੇਕਾਰ ਲਾਈਟਾਂ ਹੋਈਆਂ। ਓਕੇ ਠੀਕ ਆ, ਉਦੋਂ ਮੈਂ ਪਹਿਲੀ ਰਾਈਡ ਸੀ ਮੇਰੀ ਇੰਨੀ ਲੰਮੀ ਤੇ ਹਨੇਰੇ ਚ ਵੀ ਬਈ ਉੱਥੇ ਲਿਖਿਆ ਹੋਇਆ ਸੀ ਵੀ ਇੱਥੇ ਸ਼ੇਰ ਵੀ ਆ ਸਕਦੇ ਇੱਥੇ ਚੀਤੇ ਵੀ ਆ ਸਕਦੇ ਆ, ਪਰ ਮੈਂ ਪਰਮਾਤਮਾ ਮੇਰੇ ਨਾਲ ਲੰਘਿਆ। ਪਰ ਮੈਂ ਉੱਥੇ ਜਾ ਕੇ ਇੱਕ ਚੀਜ਼ ਦੇਖੀ ਬਈ, ਉੱਥੇ ਜਾ ਕੇ ਮੈਨੂੰ ਇਹ ਫੀਲ ਹੋਇਆ ਵੀ ਆਪਣੇ ਲੋਕ ਆਪਦੇ ਧਰਮ ਚ ਪੱਕੇ ਨੇ।
ਠੀਕ ਹੈ ਜੀ ਹਨਾ ਉਹ ਕਿਉਂ ਨੀ ਪੱਕੇ ਬਈ ਜਦੋਂ ਮੈਂ ਮਹਾਰਾਸ਼ਟਰ ਐਮ ਪੀ ਲੰਘਿਆ ਨਾ ਐਮ ਪੀ ਲੰਘ ਮੱਧਿਆ ਪ੍ਰਦੇਸ਼ ਲੰਘ ਜਦੋਂ ਮਹਾਰਾਸ਼ਟਰ ਚ ਐਂਟਰ ਹੋਇਆ ਉੱਥੇ ਮੈਂ ਇੱਕ ਚੀਜ਼ ਵੇਖੀ ਬਈ ਜਿਹੜੇ ਲੋਕ ਟੀਪੂ ਸੁਲਤਾਨ ਦੇ ਫੈਨ ਆ ਨਾ ਮੈਨੂੰ ਨੀ ਪਤਾ ਉਹਨਾਂ ਨੇ ਟੀਪੂ ਸੁਲਤਾਨ ਦੇ ਝੰਡੇ ਲਾਏ ਪਰ ਉਹ ਸਭ ਤੋਂ ਕੱਟੜਤਾ ਦੇਖੀ ਮੈਂ ਮਰਾਠਿਆਂ ਤੋਂ ਬਈ ਮਹਾਰਾਸ਼ਟਰ ਦੇ ਜਿਹੜੇ ਬਈ ਚਾਹੇ ਉਹਨਾਂ ਦੀ ਹਾਂ ਚਾਹੇ ਉਹ ਪੁੱਲੀ ਆ ਤੇ ਕੁੱਲੀ ਦੇ ਉੱਪਰ ਸਿਵਾਜੀ ਰਾਜ ਦਾ ਝੰਡਾ ਝੋਲਦਾ ਠੀਕ ਹੈ ਉਹ ਬਈ ਉਹ ਲੋਕ ਜੇ ਉੱਥੇ ਕੁਛ ਬੋਲ ਦੋ ਨਾ ਤਾਂ ਮਰ ਦੇਣਗੇ ਬਾਅਦ ਸੋਚਣਗੇ ਵੀ ਅਸੀਂ ਕੀਤਾ ਪਰ ਆਪਣੇ ਕੋਈ ਫੀਲ ਹੀ ਨੀ ਆਪਾਂ ਮਹਾਰਾਜਾ ਰਣਜੀਤ ਸਿੰਘ ਨੂੰ ਖੁਦ ਹੀ ਕਹੀ ਜਾਂਦੇ ਮਹਾਰਾਜਾ ਰਣਜੀਤ ਸਿੰਘ ਚ ਕਮੀਆਂ ਸੀ ਹੁਣ ਬਈ ਮੈਂ ਤਾਂ ਦੀਪ ਸਿੱਧੂ ਦਾ ਬਹੁਤ ਤਗੜਾ ਫੈਨ ਆ ਚਲੋ ਹੁਣ ਪੱਕੇ ਨੀ ਪੰਥ ਦਾ ਮਿਹੜਾ ਨਾ ਵੱਜੇ ਹੋਰ ਦੁਨੀਆ ਸਾਰੀ ਖਿਲਾਫ ਹੋ ਜਾਏ ਆਪਾਂ ਜੇ ਮੌਤ ਵੀ ਹੋਵੇ ਨਾ ਤੇ ਪੰਥ ਦੇ ਨਾਂ ਤੇ ਹੀ ਹੋਵੇ ਇਹ ਇੱਛਾ ਹੁੰਦੀ ਆ ਜਿਹੜੀ ਹਰੇਕ ਸਿੱਖ ਨੂੰ ਮੰਗਣੀ ਚਾਹੀਦੀ ਆ ਮੰਗਣੀ ਚਾਹੀਦੀ ਵੀਰੇ ਜਜ਼ਬਾ ਬੰਦੇ ਚ ਨਹੀਂ ਹੁੰਦਾ ਜਜ਼ਬਾ ਉਹ ਪਰਮਾਤਮਾ ਹੀ ਦਿੰਦਾ ਆਪਾਂ ਗੁਰੂ ਘਰ ਜਾ ਕੇ ਪੈਸਾ ਮੰਗਦੇ ਹਾਂ ਕਦੇ ਇਹ ਮੰਗਿਆ ਵੀ ਆਪਦੇ ਧਰਮ ਚ ਪੱਕਾ ਕਰੀ ਪੱਕੇ ਕਰੀ ਹਨਾ ਬਈ ਆਪਦੇ ਤੇ ਸਰਦਾ ਰੱਖੀ ਹਾਂਜੀ ਹਾਂ ਬਈ ਉਹ ਪਰਮਾਤਮਾ ਦਵੇ ਤੇ ਚੀਜ਼ਾਂ ਮਿਲਦੀਆਂ ਨਹੀਂ ਆਪਣਾ ਸੂਈ ਬਾਜੀ ਨੂੰ ਚੀਕ ਮਾਰ ਦਿੰਦੇ ਹਾਂ ਵੀਰੇ ਇੱਕ ਮੈਂ ਸਵਾਲ ਤੁਹਾਨੂੰ ਹੋਰ ਪੁੱਛਣਾ ਸੀ ਵੀ ਜਿਵੇਂ ਤੁਸੀਂ ਦੱਸਿਆ ਵੀ ਸ਼ੁਰੂ ਕੀਤਾ ਡਿਜੀਟਲ ਮਾਰਕੀਟਿੰਗ ਤੋਂ ਤੇ ਫਿਰ ਤੁਸੀਂ ਇਮੀਗ੍ਰੇਸ਼ਨ ਚ ਆ ਗਏ ਤੇ ਨਾਲ ਤੁਸੀਂ ਹੁਣ ਰੈਂਟਲ ਦਾ ਵੀ ਕੰਮ ਕਰੀ ਜਾਂਦੇ ਹੋ ਵੀ ਤੁਸੀਂ ਇੱਕ ਵੀ ਮੰਨ ਲਓ ਵੀ ਤੁਸੀਂ ਚਲੋ ਸ਼ੁਰੂ ਉੱਥੋਂ ਕਰਕੇ ਉਸੇ ਫੀਲਡ ਚ ਇਨਵੈਸਟ ਕਰਨ ਦੀ ਥਾਂ ਅਲੱਗ ਅਲੱਗ ਫੀਲਡ ਚ ਇਨਵੈਸਟ ਕਰ ਰਹੇ ਹੋ ਚਾਹੇ ਨਿੱਕੇ ਨਿੱਕੇ ਤੁਹਾਡੇ ਬਿਜ਼ਨਸ ਬਣ ਰਹੇ ਨੇ ਵੀ ਉਹਦਾ ਕੀ ਕਾਰਨ ਹੈ ਵੀ ਹਾਂ ਵੀ ਤੁਸੀਂ ਸੇਮ ਫੀਲਡ ਚ ਅੱਗੇ ਨੀ ਜਾ ਰਹੇ ਉਵੇਂ ਉਨਾ ਜ਼ਿਆਦਾ ਨੀ ਬਈ ਮੈਂ ਨਾ ਤੁਹਾਨੂੰ ਮੈਂ ਸਿੱਧੀ ਜੀ ਗੱਲ ਸਾਂ ਪਹਿਲਾਂ ਤਾਂ ਮੈਂ ਸੁਣਦਾ ਅਮੀਰ ਲੋਕਾਂ ਨੂੰ ਠੀਕ ਹੈ ਮੈਂ ਪੜ੍ਹ ਮੈਨੂੰ ਇਹ ਕਿਸੇ ਨੂੰ ਪਤਾ ਨੀ ਹੋਣਾ ਇਹ ਲੋਕਾਂ ਨੂੰ ਪਤਾ ਵੀ ਅੰਬਾਨੀ ਦੀ ਕੰਪਨੀ ਹੈ ਰਿਲਾਇੰਸ ਪਰ ਰਿਲਾਇੰਸ ਦੇ ਅੰਦਰ 117 ਕੰਪਨੀਆਂ ਕੰਮ ਕਰ ਰਹੀਆਂ ਬੰਦੇ ਦੀ ਏਜ ਆ ਜਿਹੜੀ ਚੀਜ਼ ਦੁਨੀਆਂ ਤੇ ਧਰਤੀ ਤੇ ਆਈ ਆ ਉਹਦੀ ਉਮਰ ਹੈ ਠੀਕ ਹੈ ਉਹ ਸਮੇਂ ਦੇ ਨਾਲ ਸ਼ੁਰੂ ਹੋਊ ਤੇ ਸਮੇਂ ਦੇ ਨਾਲ ਖਤਮ ਹੋ ਜਾਏਗਾ ਕੋਈ ਵੀ ਬਿਜ਼ਨਸ ਆ ਬਈ ਉਹਨੇ ਖਤਮ ਹੋਣਾ ਹੋਣਾ ਠੀਕ ਹੈ ਪਰ ਮੈਨੂੰ ਕਹਿ ਲੋ ਪਰਮਾਤਮਾ ਦੀ ਹਨਾ ਕਿਰਪਾ ਹੀ ਆ ਵੀ ਮੈਨੂੰ ਇਹ ਲੱਗਦਾ ਰਹਿੰਦਾ ਵੀ ਇਹ ਨੀ ਇੱਕ ਹੋਰ ਨਵਾਂ ਸਟਾਰਟ ਕਰੋ ਜੇ ਇੱਕ ਡਰ ਵੀ ਜ਼ਰੂਰੀ ਹੁੰਦਾ ਮੈਨੂੰ ਇਹ ਪਤਾ ਵੀ ਜੇ ਡਿਜੀਟਲ ਵਾਲਾ ਕੰਮ ਲੋ ਹੋ ਗਿਆ ਬਈ ਕਿਉਂਕਿ ਪਤਾ ਕੀ ਆ ਦੁਨੀਆਂ ਪਰੇ ਤੋਂ ਪਰੇ ਆਪਾਂ ਇੱਕ ਚੀਜ਼ ਨੂੰ ਮੰਨਦੇ ਹਾਂ ਪਰ ਕਦੇ ਆਪਦੀ ਜ਼ਿੰਦਗੀ 'ਚ ਲਿਆਉਂਦੇ ਨਹੀਂ ਡਿਜੀਟਲ ਵਾਲਾ ਉਹ ਟਾਈਮ 'ਚ ਮੈਂ ਟੋਪ ਦਾ ਸੀ ਪਰ ਬਈ ਨਵੇਂ ਮੁੰਡੇ ਮੇਰੇ ਤੋਂ ਟੋਪ ਦੇ ਆ ਜੇ ਮੈਂ ਹੁਣ ਗੱਲ ਗਾਇਕੀ ਦੀ ਗੱਲ ਕਰ ਦਿੰਦਾ ਚੋਟੀ ਦਾ ਥੰਮ ਆਇਆ ਸਿੱਧੂ ਉਦੋਂ ਪਹਿਲਾਂ ਵੀ ਜਿਹਨਾਂ ਨੂੰ ਉਹ ਕਹਿੰਦਾ ਰਿਹਾ ਠੀਕ ਹੈ ਖੁੰਡ ਸੀ ਬੰਦ ਕਰਾਇਆ ਨਾ ਵੀਰੇ ਸਹੀ ਹੈ ਸਹੀ ਹੁਣ ਕੋਈ ਵੀ ਬਿਜ਼ਨਸ ਆ ਅੱਜ ਆਪਾਂ ਟੋਪ ਤੇ ਹਾਂ ਕੱਲ ਨੂੰ ਆਪਾਂ ਨੂੰ ਕੱਟਣ ਵਾਲਾ ਆਊਗਾ ਹੀ ਆਊਗਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਨੂੰ ਬਈ ਪਰਮਾਤਮਾ ਨੇ ਸੌਂਪੀ ਦਾਦੀ ਮੇਰੇ ਤੋਂ ਵੱਡਾ ਤਾਂ ਕੋਈ ਨਹੀਂ ਤਾਂ ਕਰਕੇ ਬਈ ਮਲਟੀਪਲ ਬਿਜ਼ਨਸ ਜ਼ਰੂਰੀ ਨੇ ਜੇ ਤੁਸੀਂ ਅਮੀਰ ਹੋਣਾ ਅਮੀਰ ਬੰਦਿਆਂ ਦੀ ਫਿਲੋਸਫੀ ਹੁੰਦੀ ਆ ਬਈ ਮਲਟੀਪਲ ਅਸਲ ਚ ਮੈਂ ਬਿਜ਼ਨਸ ਮੈਂ ਨਹੀਂ ਬਣਨਾ ਚਾਹੁੰਦਾ ਤੁਸੀਂ ਮੈਨੂੰ ਬਿਜ਼ਨਸ ਮੈਨ ਕਹਿ ਤਾ
ਬਈ ਮੈਨੂੰ ਕਿਸੇ ਬੰਦੇ ਨੇ ਕਿਹਾ ਸੀ ਵੀ ਚਾਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਮੈਨੂੰ ਤਿੰਨ ਹੁੰਦੀਆਂ ਪਤਾ ਨੀ, ਚਾਰ ਹੁੰਦੀਆਂ, ਮੈਨੂੰ ਜਿੰਨੀ ਕੁ ਯਾਦ ਆ ਉਹ ਸੁਣਾਉਂਦਾ। ਉਹ ਮੈਨੂੰ ਕਹਿੰਦਾ ਪਹਿਲਾਂ ਤਾਂ ਹੁੰਦਾ ਡਾਕਟਰ, ਠੀਕ ਆ, ਜਿਹੜਾ ਪੜੂਗਾ ਕਮਾਊਗਾ ਤੇ ਉਨਾ ਚਿਰ ਹੀ ਖਵਾਊਗਾ ਜਿੰਨਾ ਚਿਰ ਜਾਂਦਾ, ਸਹੀ ਆ, ਠੀਕ ਆ। ਦੂਜਾ ਹੁੰਦਾ ਬਿਜ਼ਨਸਮੈਨ, ਬਈ ਉਹ ਆਪ ਕਰੂਗਾ ਗਾਂ ਉਹਦੇ ਪੁੱਤ ਵੀ ਖਾ ਲੈਣਗੇ। ਤੀਜਾ ਹੁੰਦਾ ਬਈ ਸਭ ਤੋਂ ਟੌਪ ਦੇ ਇਨਵੈਸਟਰ, ਮੈਂ ਇਨਵੈਸਟਰ ਬਣਨਾ ਚਾਹੁੰਦਾ, ਠੀਕ ਆ, ਠੀਕ ਆ, ਵੀ ਇੱਧਰ ਵੀ ਇਨਵੈਸਟ ਕਰੋ, ਇੱਧਰ ਵੀ, ਮਤਲਬ ਇਨਵੈਸਟਰ ਬਾਈ ਆਟੋ ਪਾਇਲਟ ਵਾਲਾ ਕੰਮ ਹੁੰਦਾ, ਜੇ ਸੁੱਤਾ ਹੀ ਪਿਆ ਨਾ ਤਾਂ ਹੀ ਪੈਸੇ ਹੋਣਗੇ, ਬਿਜ਼ਨਸ ਤਾਂ ਮੈਨੂੰ ਉੱਠ ਕੇ ਆਉਣਾ ਪੈਂਦਾ। ਹਾਲੇ ਤਾਂ ਬਈ ਮੇਰੀ ਪਹਿਲੀ ਪੌੜੀ ਹੋਈ ਆ, ਪਹਿਲੀਆਂ ਪੌੜੀਆਂ ਹੀ ਆ, ਜਦੋਂ ਮੈਂ ਇਨਵੈਸਟਰ ਬਣਿਆ ਵੀ ਜੇ ਸੁੱਤਾ ਹੀ ਪਵਾਂ ਇੰਜੋਏ ਇਨਵੈਸਟਰ ਹੀ ਕਰਦੇ, ਸਾਲ ਬਾਅਦ ਹੁਣੀ ਪਾਉਣ ਲੱਗ ਗਿਆ ਤੇ ਬਈ ਮੈਂ ਚਾਹੁੰਦਾ ਫਿਰ ਹੁਣ ਲੋਕਾਂ ਨੂੰ ਪਤਾ ਲੱਗ ਜਿਹੜੇ ਸਰਦਾਰ ਸਿੱਖ ਆ ਨਾ ਸਿੱਖਾਂ ਕੋਲ ਵੀ ਸੁਪਰਵਾਈਜ਼ਰ, ਪਿੰਡ ਵਾਲੇ ਸੋਚਦੇ ਕਿ ਬਈ ਪਿੰਡ ਅਸਲ ਚ ਆਪਣੀ ਹੈਂਡ ਵਾਲੀ ਕੰਬੀ ਆ, ਪਿੰਡਾਂ ਵਾਲਿਆਂ ਦੀ ਹੈਂਡ ਪਤਾ ਕੀ ਆ ਆਪਣੀ ਪੰਜਾਬੀਆਂ ਦੀ, ਵੀ ਜੇ ਬੁਲਟਾਂ ਦੇ ਬੁਲਟ ਹੀ ਆ ਆਪਾਂ ਐਕਸਪੈਕਟ ਹੀ ਨਹੀਂ ਅਸੈਪਟ ਨਹੀਂ ਕਰਦੇ ਵੀ ਆਹ ਚੀਜ਼ ਬਾਕੀ ਉਦੋਂ ਸਿਰਾ ਮੋਡੀਫਾਈ ਕਰ ਕੀਤਾ, ਲੋਕ ਦੇ ਕਮੈਂਟ ਪਤਾ ਹੀ ਆਉਂਦੇ ਆ ਬਾਈ ਜੀ 200 ਹਾਰਸ ਪਾਵਰ ਆ ਤੇ ਇਹਦੇ ਪਿੱਛੇ ਟਰਾਲੀ ਪਾ ਲਓ, ਬਾਈ ਜੀ ਟਰਾਲੀ ਪਾਉਣ ਲਈ ਥੋੜਾ ਬਣਿਆ, ਲੋਕਾਂ ਦੀ ਸੋਚ ਨੂੰ ਜੇ ਆਪਾਂ ਬਦਲਾਂਗੇ ਨਾ ਉਹਦੇ ਲਈ ਸਟੱਡੀ ਬਦਲਣੀ ਪੈਣੀ ਆ ਆਪਣਾ, ਮੈਂ ਦੱਸਦਾ ਦੁਨੀਆਂ ਦਾ ਹੀ ਐਜੂਕੇਟਡ ਆ ਐਜੂਕੇਸ਼ਨ ਆ ਨਾ ਜਿਹੜੀ ਉਹ ਗੁਲਾਮ ਬਣਾਉਣ ਲਈ ਆ, ਉਹ ਹੈਗੀ ਆ, ਨਹੀਂ ਉਹਦੇ ਚ ਕੋਈ ਸ਼ੱਕ ਨਹੀਂ, ਹਾਂ ਵੀ ਤੁਸੀਂ ਥੋੜੀ ਸੋਚ ਨੂੰ ਲਿਮਿਟ ਕਰਨਾ, ਤੁਹਾਨੂੰ ਕਿਸੇ ਸਕੂਲ ਸਿਖਾਇਆ ਨਹੀਂ ਜਾਂਦਾ ਬਿਜ਼ਨਸ ਕਿਵੇਂ ਕਰਨਾ, ਤੁਹਾਨੂੰ ਇਹ ਸਿਖਾਉਂਦਾ ਵੀ ਤੁਸੀਂ ਜੋਬ ਕਿਵੇਂ ਲੈਣੀ ਆ, ਤੁਹਾਡੇ ਘਰਦਿਆਂ ਦੇ ਦਿਮਾਗ 'ਚ ਵੀ ਇਹ ਭਰ ਦਿੱਤਾ ਜਾਏਗਾ ਪੁੱਤ ਤੂੰ ਪੜ੍ਹੇਗਾ ਤੇ ਨੌਕਰੀ ਕਰਨੀ, ਤੁਹਾਨੂੰ ਪੜ੍ਹਾਇਆ ਨੌਕਰ ਬਣਨ ਲਈ ਆ ਰਿਹਾ, ਨੌਕਰ ਬਣ ਬਈ ਤਾਂ ਪੜ੍ਹੋ ਪੁੱਤ ਤੂੰ ਨੌਕਰ ਬਣਨਾ, ਜਿਵੇਂ ਤੁਸੀਂ ਉਹ ਤੁਹਾਡੇ ਫਰੈਂਡ ਦੀ ਗੱਲ ਦੱਸਦੇ ਸੀ ਡਾਕਟਰ ਦਾ, ਹਾਂ ਉਹ ਬਈ ਮੇਰਾ ਫਰੈਂਡ, ਮੈਂ ਮੇਰੇ ਫਰੈਂਡ ਦੀ ਗੱਲ ਸੁਣਾਈ, ਬਾਈ ਦਾ ਫਰੈਂਡ ਆ, ਹਾਂਜੀ, ਤੇ ਉਹ ਕਿਸੇ ਡਾਕਟਰ ਕੋਲ ਗਿਆ ਤੇ ਡਾਕਟਰ ਦਾ ਮੁੰਡਾ ਵੀ ਡਾਕਟਰ ਸੀਗਾ ਤੇ ਪੱਠੇ ਬੈਠੇ ਸੀ, ਇਹ ਆਪਦੇ ਫਾਦਰ ਨੂੰ ਲੈ ਕੇ ਗਿਆ, ਤੇ ਉਹ ਫਾਦਰ ਤੇ ਡਾਕਟਰ ਮਾੜਾ ਮੋਟਾ ਜਾਣ ਪਛਾਣ ਹੋਊਗੀ, ਤੇ ਜਿਹੜਾ ਮੇਰਾ ਫਰੈਂਡ ਸੀ ਉਹਦਾ ਫਾਦਰ ਨੇ ਪੁੱਛਿਆ ਵੀ ਡਾਕਟਰ ਸਾਹਿਬ ਬੇਟਾ, ਉਹ ਕਹਿੰਦਾ ਡਾਕਟਰ ਉਹਦੇ ਕਹਿੰਦਾ ਕਹਿੰਦਾ ਬੇਟਾ ਇਹ ਵੀ ਡਾਕਟਰ ਆ, ਡਾਕਟਰ ਦੇ ਡਾਕਟਰ ਦਾ ਮੁੰਡਾ ਰਲ ਕੇ ਜਿਹਨੇ 2 ਮਹੀਨੇ ਚ ਪੈਸੇ ਕਮਾਉਂਦੇ ਹੋਣੇ ਹੈ ਨਾ, ਉਹ ਚੋਬਰ ਹਫ਼ਤੇ ਤੋਂ ਪਹਿਲਾਂ ਕਮਾ ਲੈਂਦਾ ਹੁਣ, ਤੇ ਉਹ ਕਹਿੰਦਾ ਵੀ ਮੈਨੂੰ ਫੀਲ ਹੋਇਆ ਬਈ ਉਹ ਜਦੋਂ ਘਰੇ ਆ ਤੇ ਬਾਪੂ ਨੇ ਪਤਾ ਕੀ ਸੁਣਾਇਆ, ਜਦੋਂ ਹਾਲੇ ਕਿ ਇੰਨੇ ਪੈਸੇ ਕਮਾ ਲਏ, ਜਦੋਂ ਬਾਪੂ ਕਹਿੰਦਾ ਤੂੰ ਤਾਂ ਪੜ੍ਹਿਆ ਨੀ ਆਹ ਕੀ ਕਰੀ ਜਾਂਦਾ ਬਿਜ਼ਨਸ ਖੋਲਦੇ ਉੱਤੇ ਹਨਾ, ਤੇ ਉਹਨੇ ਫਿਰ ਬਾਪੂ ਨੇ ਗੱਲ ਕਹੀ ਕਹਿੰਦਾ ਬਾਪੂ ਡਾਕਟਰ ਤਾਂ ਮੈਂ ਬਣਿਆ ਨੀ ਹੁਣ ਹਸਪਤਾਲ ਖੋਲੂ, ਕਹਿੰਦੇ ਅਰੇ ਚਾਰ ਰੱਖੂੰਗਾ, ਨਹੀਂ ਸਹੀ ਹੈ ਵੀ ਹਾਂ ਵੀ ਆਪਦਾ ਵਿਜ਼ਨ ਹੋਣਾ ਚਾਹੀਦਾ, ਬਿਜ਼ਨਸਮੈਨ ਬਹੁਤ ਤਕੜੀ ਪਾਵਰ ਆ, ਜੇ ਅੱਜ ਇੰਡੀਆ ਜਾਂ ਕੋਈ ਵੀ ਕੰਟਰੀ ਚੱਲ ਰਹੀ ਆ ਨਾ ਉਹ ਬਿਜ਼ਨਸਮੈਨ ਤੇ ਇਨਵੈਸਟਰ, ਸਰ ਜੇ ਬਾਈ ਬਿਜ਼ਨਸ ਨੀ ਕਰੋਗੇ ਟੈਕਸ ਕਿੱਥੋਂ ਦੋਗੇ, ਨਹੀਂ ਸਹੀ ਹੈ ਜੀ, ਹੁਣ ਆਪਾਂ ਕਹੀ ਦਿੰਦੇ ਮੋਦੀ ਬਣਿਆ ਅੰਬਾਨੀ ਨੇ ਬਣਾਇਆ, ਮੇਰਾ ਜ਼ਿੰਦਗੀ ਦਾ ਜਿਹੜਾ ਡ੍ਰੀਮ ਆ ਉਹ ਇੱਕੋ ਡ੍ਰੀਮ ਆ ਕਿ ਮੈਂ ਇੱਕ ਸਕੂਲ ਬਣਾਉਣਾ ਜਿਹਦੇ ਚ ਡਿਫਰੈਂਟ ਐਜੂਕੇਸ਼ਨ ਦਿੱਤੀ ਜਾਵੇ, ਮਤਲਬ ਮੈਂ ਪਹਿਲਾਂ ਸਕੂਲ ਬਣਾਉਣਾ
ਸਕੂਲ ਬਣਾਉਣਾ, ਕਾਲਜ ਬਣਾਉਣਾ, ਉਸ ਤੋਂ ਪਹਿਲਾਂ ਮੈਂ ਆਪਦੀ ਬਿਜ਼ਨਸ ਸਟੇਬਲ ਕਰੂੰਗਾ ਡਿਫਰੈਂਟ ਕੰਟਰੀਆਂ 'ਚ। ਮੈਂ ਨਹੀਂ ਕਹਿੰਦਾ ਬਾਹਰ ਜਾਣਾ ਮਾੜਾ, ਮੈਂ ਖੁਦ ਜਾਊਂਗਾ ਪਰ ਨੌਕਰੀ ਕਰਨ ਲਈ ਨਹੀਂ ਜਾਊਂਗਾ, ਆਪਦਾ ਬਿਜ਼ਨਸ ਕਰਨ ਲਈ ਜਾਊਂਗਾ। ਉਹ ਪੈਸੇ ਇੱਥੋਂ ਕਮਾ ਕੇ ਉੱਧਰ ਲਾਊਂਗਾ ਤੇ ਬਿਜ਼ਨਸ ਤੋਰੂੰਗਾ, ਕਿ ਜਿਹੜੇ ਮੇਰੇ ਸਕੂਲ ਦੇ ਟੋਪਰ ਹੋਣਗੇ ਨਾ ਮੈਂ ਉਹਨਾਂ ਨੂੰ ਕਹੂੰਗਾ ਮੇਰੇ ਕੋਲ ਜੋਬ ਲਗੂ ਕਰੋਗੇ ਨਾ ਤੇ ਮੈਂ ਤੁਹਾਨੂੰ ਇੰਨੀ ਸੈਲਰੀ ਦਊਂਗਾ, ਪਰ ਉਹਦੇ ਸ਼ਰਤ ਇੱਕ ਹੋਊਗੀ ਗੰਦੀ ਰਾਜਨੀਤੀ ਆ। ਹੁਣ ਹੁਣ ਮੈਨੂੰ ਕਹਿਣਾ ਤੂੰ ਰਾਜਨੀਤੀ ਦਾ ਨਾਲ ਰਹਿਣਾ, ਬਈ ਉਹ ਰਹਿਣਾ ਪੈਂਦਾ, ਰਾਜਨੀਤਿਕ ਮਾੜੇ ਨੀ, ਅਸਲ ਚ ਆਪਾਂ ਦੋਗਲੇ ਆ। ਮੈਂ ਤੁਹਾਨੂੰ ਦੱਸਦਾ ਹਰੇਕ ਚੀਜ਼ ਨਾ ਆਪਾਂ ਐਸ ਜੀ ਪੀ ਸੀ ਨੂੰ ਥੋਪ ਦਿੰਦੇ ਆ ਵੀ ਐਸ ਜੀ ਪੀ ਸੀ ਨੇ ਨੀ ਕੀਤਾ। ਮੈਂ ਹਜ਼ਾਰਾਂ ਪਿੰਡਾਂ 'ਚ ਹੁੰਦੀ ਹੋਊਗੀ ਵੀ ਗੁਰੂ ਘਰ ਦੇ ਸਪੀਕਰਾਂ ਦੀ ਆਵਾਜ਼ ਘੱਟ ਕਰ ਦਿਓ ਜੀ, ਡਿਸਟਰਬ ਕਰਦੀ ਹੈ ਸਕੂਲ। ਨਾ ਨਾ ਵੀ ਸਵੇਰੇ ਸਾਜਰੇ ਉੱਠਣਾ ਪੈਂਦਾ ਸਾਨੂੰ ਠਾਣੇ ਦਾ ਬਾਬਾ, ਹਨਾ ਵਿਆਹ ਤੇ ਵੀ ਡੀਜੇ ਕਹਿੰਦੇ ਡਿਸਟਰਬ ਕਰਦੇ, ਆਪਾਂ ਦੋਗਲੇ ਆ ਨਾ। ਫਿਰ ਉੱਪਰ ਦੀ ਜਿਹੜੀ ਗੁਰੂ ਘਰ ਦੀ ਕਮੇਟੀ ਆ ਉਹਦਾ ਫਰਜ਼ ਬਣਦਾ ਬਈ ਜੇ ਤੁਹਾਨੂੰ ਇਹ ਆਵਾਜ਼ ਡਿਸਟਰਬ ਕਰਦੀ ਹੈ ਗੁਰਬਾਣੀ ਦੀ ਤੇ ਫਿਰ ਤੁਸੀਂ ਉਹ ਵੀ ਬੰਦ ਕਰਾਓ। ਸਭ ਤੋਂ ਇਹ ਥੋੜਾ ਹੁਣ ਐਸ ਜੀ ਪੀ ਸੀ ਦਾ ਕੰਮ ਆ ਵੀਰੇ, ਆਪਦੇ ਲੈਵਲ ਤੇ ਆਪਾਂ ਕੁਛ ਕਰ ਹੀ ਸਕਦੇ ਇਹਨਾਂ ਪਿੰਡ ਦੇ ਪੰਚਾਇਤ ਦੇ ਹਿਸਾਬ ਤੇ ਆ ਗਿਆ ਬਈ। ਮੇਰਾ ਮੰਨਣਾ ਕਮੇਟੀ ਦੇ ਹਿਸਾਬ ਤੇ ਆ, ਉਹ ਗੁਰੂ ਘਰ ਦੀਆਂ ਚੌਧਰਾਂ ਕਾਹਦੇ ਦਿੱਲੇ ਚ ਬੈਠੇ ਜੇ ਸਿੱਖੀ ਬਾਰੇ ਬੋਲ ਹੀ ਨੀ ਸਕਦੇ, ਬੋਲ ਹੀ ਨੀ ਸਕਦੇ। ਹਰੇਕ ਆਪਦੇ ਤੇ ਗੱਲ ਨੀ ਲਿਆਉਣਾ ਚਾਹੁੰਦਾ ਵੀ ਮੇਰੇ ਤੇ ਕਾਹਨੂੰ ਗੱਲ ਨਾ ਆਵੇ, ਪਰ ਹਾਂ ਇੰਨਾ ਹੈਗਾ ਵੀ ਆਪਾਂ ਬੇਵਾਕ ਹੋ ਕੇ ਬੋਲਦੇ ਆ ਬਈ ਜੇ ਕੋਈ ਮਾਰ ਵੀ ਜਾਊ ਤੇ ਮਾਰਦੇ ਜਾਣ ਤਾਂ ਇੱਕ ਦਿਨ ਜਾਣੀ ਆ। ਨਹੀਂ ਚਲੋ ਹਾਂ ਵਧੀਆ ਸੋਚ ਆ ਤੁਹਾਡੀ। ਬਾਕੀ ਇੱਕ ਗੱਲ ਬਈ ਜਿਹੜੀ ਰਾਜਨੀਤੀ ਵਾਲੀ ਗੱਲ ਕਰਦੇ ਸੀ, ਹਾਂਜੀ ਉਹ ਮੈਂ ਕਿਸੇ ਰਾਜਨੀਤਿਕ ਬੰਦੇ ਨਾਲ ਬੈਠਾ ਸੀ, ਉਹ ਕਹਿੰਦਾ ਵੀ ਸਾਨੂੰ ਕਹਿ ਤਾਂ ਦਿੰਦੇ ਆ ਹੁਣ ਇਹ ਸੈਂਟਰ ਦੇ ਥੱਲੇ ਲੱਗ ਕੇ ਚੱਲਦੇ ਆ, ਸਪੋਰਟ ਕੀਤੀ ਜਦੋਂ ਦੀਪ ਸਿੱਧੂ ਜਾਂਦਾ ਸੀ, ਕਿੰਨੇ ਕਿੰਨੇ ਲੋਕਾਂ ਨੇ ਉਹਦੇ ਪਿੱਛੇ ਸਟੈਂਡ ਲਿਆ। ਫਿਰ ਆਪਾਂ ਦੋਸਤ ਬਣਨੇ, ਚਲੋ ਬਈ ਸਿਮਰਜੀਤ ਮਾਨ ਦੀ ਵੀ ਗੱਲ ਨੀ ਕਰਦੇ, ਦੀਪ ਸਿੱਧੂ ਦੀ ਕਰਦੇ ਆਪਾਂ, ਕਿਉਂਕਿ ਮੈਨੂੰ ਸਿਮਰਜੀਤ ਸਿੰਘ ਮਾਨ ਨੂੰ ਕਦੇ ਮਿਲਿਆ ਨੀ, ਬਹੁਤ ਵੱਡਾ ਹਨਾ ਉਹਦਾ ਕੌਮ ਦੇ ਲਈ ਝੰਡਾ ਚੜਾਇਆ ਨਾ, ਮੈਂ ਦੀਪ ਬਾਈ ਦਾ ਸਟੇਟਸ ਲਾਦਾ, ਮੈਨੂੰ ਬਾਈ ਦਾ ਸਟੇਟਸ ਤੇ ਰਿਪਲਾਈ ਆਇਆ ਤੇ ਸਾਡਾ ਰਿਸ਼ਤੇਦਾਰ ਆ, ਤੇ ਉਹਦਾ ਪਤਾ ਕੀ ਆਇਆ, ਉਹ ਕਹਿੰਦਾ ਬਈ ਇਹਨੇ ਕਿਸਾਨੀ ਧਰਨਾ ਖਰਾਬ ਕਰਤਾ ਝੰਡਾ ਲਾ ਕੇ। ਮੈਂ ਕਿਹਾ ਕਿਉਂ ਬਾਈ? ਕਹਿੰਦਾ ਬਈ ਜ਼ਮੀਨਾਂ, ਅਸੀਂ ਆਪਾਂ ਤਾਂ ਜ਼ਮੀਨ ਵਾਲੀ ਲੜਦੇ ਸੀ ਵੀ ਹੁਣ ਜ਼ਮੀਨਾਂ ਨੀ ਮਿਲਦੀਆਂ। ਮੈਂ ਕਿਹਾ ਬਈ ਇਹੀ ਤਾਂ ਗੱਲ ਆ ਨਾ, ਤੁਸੀਂ ਉਦੋਂ ਬੋਲਦੇ ਜਦੋਂ ਤੁਹਾਡੇ ਢਿੱਡ ਤੇ ਲੱਤ ਵੱਜਦੀ ਆ, ਤੁਹਾਨੂੰ ਤੁਹਾਡੀ ਕੌਮ ਦੀ ਕੋਈ ਪਰਵਾਹ ਨੀ। ਠੀਕ ਆ ਬਈ, ਗੁਰੂ ਦੀ ਬੇਅਦਬੀ ਹੋ ਜੇ ਤੁਸੀਂ ਖੜੇ ਰਹਿੰਦੇ ਹੋ, ਤੁਹਾਡੇ ਪਿਓ ਦੇ ਗਲਦਵੇ ਨੂੰ ਹੱਥ ਪਾੜੇ ਤੇ ਤੁਸੀਂ ਧੌਣ ਲਾ ਦੋਗੇ, ਕਿਉਂ ਆਪਦੇ ਗੁਰੂ ਨੂੰ ਪਿਓ ਸਮਝਿਆ ਹੀ ਨੀ? ਆਪਣੇ ਚ ਖਾਮੀ ਆ, ਆਪਾਂ ਤਾਂ ਗੁਲਾਮ ਆ, ਪਹਿਲਾਂ ਆਪਣੇ ਚ ਖਾਮੀਆਂ ਕੱਢਣੀਆਂ ਪੈਣਗੀਆਂ। ਸਾਡਾ ਮੇਨ ਮਕਸਦ ਸੀਗਾ ਵੀ ਤੁਸੀਂ ਦੇਖੋ ਵੀ ਮੁੰਡਾ 24 ਸਾਲਾਂ ਦਾ ਤੇ ਸੋਚ ਦੀ ਫਰਕ, ਸੋਚ ਦਾ ਫਰਕ ਹੁੰਦਾ ਵੀ ਹਾਂ ਬੰਦੇ ਨੇ ਸੋਚਿਆ ਕੀਤਾ ਸੋਹਣਾ ਬਹੁਤ, ਆਪਦਾ ਕੰਮ ਵੀ ਚਲਾ ਲਿਆ ਤੇ ਆਪਦੇ ਸ਼ੌਂਕ ਵੀ ਪੂਰ ਰਿਹਾ, ਤੇ ਵੀ ਨਾਲ ਦਿਆਂ ਨੂੰ ਵੀ ਇਨਕਰੇਜ ਕਰ ਰਿਹਾ ਜਿਹੜੇ ਮੁੰਡੇ ਇੱਥੇ ਰਹਿਣਾ ਚਾਹੁੰਦੇ ਤੇ ਆਪਦਾ ਕੰਮ ਕਰਨਾ ਚਾਹੁੰਦੇ ਆ। ਤੇ ਚਲੋ ਜੀ, ਦੋ ਸਾਲ ਜਾਇਜ਼ ਫਿਰ, ਸਤਿ ਸ਼੍ਰੀ ਅਕਾਲ।